ਜਸਟਿਸ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬ ਅਨਖੀ ਪੰਜਾਬ ਅਨਖੀ ਪੰਜਾਬੀ ਜਿਸ ਨੂੰ ਅਕਸਰ ਇਹ ਕਿਹਾ ਜਾਂਦਾ ਕਿ ਉਹ ਜਾਬਰ ਜ਼ੁਲਮ ਦੇ ਖਿਲਾਫ ਲੜਨ ਵਾਲੇ ਪੰਜਾਬੀ ਹੈ ਕਿ ਜਦੋਂ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਦੇ ਆ ਪਰ ਇਸ ਵਕਤ ਪੰਜਾਬ ਇਹੋ ਜਿਹੀ ਭੱਠੀ ਦੇ ਵਿੱਚ ਤਪ ਰਿਹਾ ਹੈਗਾ ਜਿੱਥੇ ਪੰਜਾਬੀ ਪੰਜਾਬੀ ਦਾ ਵੈਰੀ ਹੋ ਰਿਹਾ ਹੈਗਾ ਸਾਰੇ ਪੰਜਾਬੀਆਂ ਦਾ ਜ਼ਿਕਰ ਨਹੀਂ ਹੋ ਰਿਹਾ ਪਰ ਪੰਜਾਬੀ ਪੰਜਾਬੀ ਦੇ ਵੈਰੀ ਕਿਉਂ ਹੋ ਰਹੇ ਆ ਕਿਉਂਕਿ ਪੰਜਾਬ ਦੀ ਅਣਖ ਦੇ ਉੱਤੇ ਕਿਸੇ ਨੇ ਤਾਂ ਕੋਈ ਨਾ ਕੋਈ ਫਾਇਰ ਕੀਤਾ ਹੈਗਾ ਜਿਸ ਕਰਕੇ ਪੰਜਾਬੀ ਪੰਜਾਬੀ ਦਾ ਵੈਰੀ ਹੋ ਰਿਹਾ ਇਹ ਸਵਾਲ ਆਪਣੇ ਆਪ ਵਿੱਚ ਬੜਾ ਵੱਡਾ ਹੈਗਾ ਅਤੇ ਬਹੁਤ ਛੋਟਾ ਵੀ ਹੈਗਾ ਕਿਉਂਕਿ ਸਵਾਲ ਅਕਸਰ ਸੱਥਾਂ ਵਿੱਚ ਪੁੱਛਿਆ ਜਾ ਰਿਹਾ ਹੈਗਾ ਪਰ ਇਸ ਸਵਾਲ ਦਾ ਜਵਾਬ ਆ ਜਿਹੜਾ ਟੀਵੀ ਡਿਬੇਟ ਦੇ ਵਿੱਚ ਨਹੀਂ ਮਿਲਦਾ ਪਿਆ ਹੈਗਾ ਇਸ ਸਵਾਲ ਦਾ ਜਵਾਬ ਲੱਭਣਾ ਲਾਜ਼ਮੀ ਹੈਗਾ ਕਿਹੜੀ ਅੱਗ ਦੀ ਭੱਠੀ ਵਿੱਚ ਪੰਜਾਬ ਤਪ ਰਿਹਾ ਹੈਗਾ ਐਗਰੀਕਲਚਰ ਵਾਲਾ ਪੰਜਾਬ ਜਿਹੜਾ ਗਨ ਕਲਚਰ ਵੱਲ ਕਿਉਂ ਵੱਧ ਰਿਹਾ ਹੈਗਾ ਹਵਾਈ ਫਾਇਰ ਹੋ ਰਿਹਾ ਅਤੇ ਫਾਇਰਿੰਗ ਵੀ ਹੋ ਰਹੀ ਹੈ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਅਤੇ ਸਮਾਜ ਦਾ ਹਰ ਵਰਗ ਆ ਜਿਹੜਾ ਇਸ ਤੋਂ ਪੀੜਿਤ ਅਤੇ ਚਿੰਤਤ ਨਜ਼ਰ ਆ ਰਿਹਾ ਹੈਗਾ ਇਸ ਕਰਕੇ ਅੱਜ ਸਵਾਲ ਪੁੱਛਣਾ ਪੈ ਰਿਹਾ ਹੈਗਾ ਕਿਹੜੇ ਫਾਇਰ 'ਚ ਪਏ ਪੰਜਾਬੀ ਅੱਠ ਤਸਵੀਰਾਂ ਜਿਹੜੀਆਂ ਹਾਲ ਦੇ 5 ਤੋਂ 10 ਦਿਨਾਂ ਦੇ ਵਿਚਾਲੇ ਪੰਜ ਪਾਣੀਆਂ ਵਾਲੇ ਪੰਜਾਬ ਦੀਆਂ ਸਾਹਮਣੇ ਆਈਆਂ ਨੌਜਵਾਨ ਨੂੰ ਗੋਲੀ ਮਾਰੀ ਹੈ ਪਹਿਲੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਇਹ ਬਠਿੰਡਾ ਦੇ ਭਗਤਾ ਭਾਈ ਦੇ ਵਿੱਚ ਸਰਕਾਰੀ ਸਕੂਲ ਦੇ ਸਾਹਮਣੇ ਕੁੜੀਆਂ ਨੂੰ ਛੇੜਨ ਤੋਂ ਰੋਕਣ ਦੀ ਸਜ਼ਾ ਮਿਲੀ ਹੈ ਇੱਕ ਨੌਜਵਾਨ ਨੂੰ ਜਿਹਦੇ ਗਲੇ ਵਿੱਚ ਗੋਲੀ ਮਾਰੀ ਗਈ ਹੈ ਦੂਜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਜੇਰੇ ਲਾਜ਼ ਹੈ ਇਹ ਮੁੰਡਾ ਅਸੀਂ ਹੁਣੇ ਫੋਨ ਕਰਕੇ ਪਤਾ ਵੀ ਕੀਤਾ ਹੈਗਾ ਦੂਜੀ ਤਸਵੀਰ ਹੈ ਇਹ ਸਿਆਸੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਸਾਬਕਾ ਸਰਪੰਚ ਦਾ ਕਤਲ ਕੀਤਾ ਗਿਆ ਇਹ ਸਾਬਕਾ ਅਕਾਲੀ ਸਰਪੰਚ ਦੱਸਿਆ ਜਾ ਰਿਹਾ ਬਟਾਲਾ ਦੇ ਪਿੰਡ ਢਿਲਵਾਂ ਵਿੱਚ ਇਹ ਕਤਲ ਹੋਇਆ ਅਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੋਇਆ ਪਰ ਇਸ ਸਿਆਸਤ ਬਹੁਤ ਜ਼ਿਆਦਾ ਪੱਖੀ ਹੋਈ ਹੈ ਤੀਜੀ ਤਸਵੀਰ ਹੈ ਵੀ ਬਟਾਲੇ ਦੀ ਹੈ ਮਾਮੇ ਨੇ ਭਾਂਜੇ ਨੂੰ ਗੋਲੀ ਮਾਰ ਦਿੱਤੀ ਹੈ ਅਤੇ ਉਸ ਤੋਂ ਬਾਅਦ ਖੁਦਕੁਸ਼ੀ ਵੀ ਕਰ ਲਈ ਹੈ ਉਸਨੇ ਬਿਊਟੀ ਪਾਰਲਰ ਚਲਾਉਂਦੀ ਸੀ ਮ੍ਰਿਤਕ ਵਜ੍ਹਾ ਕੀ ਰਹੀ ਹੈਗੀ ਹੈ ਉਹ ਵਜ੍ਹਾ ਜਿਹੜੀ ਦੱਸੀ ਜਾ ਰਹੀ ਹੈਗੀ ਹੈ ਚਰਚਾਵਾਂ ਵਿੱਚ ਹੈਗੀ ਹੈ ਉਹ ਵਜ੍ਹਾ ਅਸੀਂ ਇੱਥੇ ਨਹੀਂ ਦੱਸ ਸਕਦੇ ਜਦੋਂ ਤੱਕ ਪੁਲਿਸ ਉਸਦੀ ਤਸਦੀਕ ਨਹੀਂ ਕਰਦੀ ਚੌਥੀ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਵਿੱਚ ਮਜੀਠਾ ਰੋਡ ਤੇ ਪਿੰਡ ਪੰਡੋਰੀ ਵਿੱਚ ਇਹ ਵਾਰਦਾਤ ਵਾਪਰੀ ਹੈ ਫੈਕਟਰੀ ਦੇ ਵਿੱਚ ਇੱਕ ਨੌਜਵਾਨ ਕੰਮ ਕਰਦਾ ਸੀ ਪਰ ਜਵਾਨੀ ਦੇ ਵਿੱਚ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ 15 ਗੋਲੀਆਂ ਮਾਰੀਆਂ ਗਈਆਂ ਤੇ ਪੁਲਿਸ ਦੇ ਮੁਤਾਬਕ 6 ਗੋਲੀਆਂ ਲੱਗੀਆਂ ਹੈਗੀਆਂ ਪੰਜਵੀਂ ਤਸਵੀਰ ਤੁਸੀਂ ਦੇਖ ਰਹੇ ਹੋ ਅੱਜ ਕੱਲ ਬਹੁਤਾ ਮੀਡੀਆ ਇਸ ਗਾਇਕ ਦੇ ਬਾਰੇ ਅਕਸਰ ਚਰਚੇ ਕਰਦਾ ਪਿਆ ਅਸੀਂ ਇਸ ਗਾਇਕ ਬਾਰੇ ਕੋਈ ਖਬਰ ਚਲਾਉਣਾ ਪਸੰਦ ਨਹੀਂ ਕਰਦੇ ਕਿਉਂਕਿ ਇਸ ਗਾਇਕ ਨੂੰ ਸ਼ਾਇਦ ਫੋਕੀ ਪਬਲਿਸਿਟੀ ਚਾਹੀਦੀ ਹੈਗੀ ਹੈ ਅਤੇ ਉਹ ਫੋਕੀ ਪਬਲਿਸਿਟੀ ਦਾ ਨਤੀਜਾ ਹੈਗਾ ਕਿ ਐਲੀ ਮਾਂਗਟ ਹਵਾਈ ਫਾਇਰ ਕਰਦਾ ਪਿਆ ਆਪਣੇ ਦੋਸਤ ਦੀ ਇੱਕ ਬਰਥਡੇ ਪਾਰਟੀ ਦੇ ਵਿੱਚ ਅਤੇ ਬਰਥਡੇ ਪਾਰਟੀ ਲੁਧਿਆਣਾ ਦੇ ਵਿੱਚ ਰੱਖੀ ਗਈ ਸੀ ਚੌਥੀ ਤੁਸੀਂ ਦੇਖ ਰਹੇ ਹੋ ਅਰਦਾਸ ਦੌਰਾਨ ਹਵਾਈ ਫਾਇਰ ਕੀਤੇ ਜਾ ਰਹੇ ਹੈ ਮੋਗਾ ਦੇ ਪਿੰਡ ਤਖਤੂਪੁਰਾ ਦੀ ਘਟਨਾ ਗੁਰੂ ਘਰ ਦੇ ਇਹ ਮੈਨੇਜਰ ਦੱਸੇ ਜਾ ਰਹੇ ਆ 6ਵੀਂ ਤਸਵੀਰ ਹੈ ਤੁਸੀਂ ਦੇਖ ਰਹੇ ਹੋ 5ਵੀਂ ਤਸਵੀਰ ਐਲੀ ਮਾਂਗੜ ਦੀ ਸੀ 6ਵੀਂ ਤਸਵੀਰ ਇਹ ਤੁਸੀਂ ਦੇਖ ਰਹੇ ਹੋ ਮੋਗਾ ਦੇ ਪਿੰਡ ਤਖਤੂਪੁਰਾ ਦੀ ਆ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਹਵਾਈ ਫਾਇਰ ਕਿਉਂ ਕੀਤੇ ਅਤੇ ਉਹ ਕਹਿੰਦੇ ਖੁਸ਼ੀ ਵਿੱਚ ਕਰ ਦਿੱਤੇ ਗਏ ਹੈਗੇ ਆ ਅਤੇ ਸਾਡੀਆਂ ਇਹ ਰੋਹ ਰੀਤਾਂ ਹੈਗੀਆਂ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈਗਾ 7ਵੀਂ ਤਸਵੀਰ ਤੁਸੀਂ ਦੇਖ ਰਹੇ ਹੋ ਸੰਗਰੂਰ ਦੇ ਪਿੰਡ ਕਮਾਲਪੁਰ ਦੀ ਆ ਜਿੱਥੇ ਨਗਰ ਕੀਰਤਨ ਦੌਰਾਨ ਹਵਾਈ ਫਾਇਰਿੰਗ ਕੀਤੀ ਗਿਆ 7 ਲੋਕਾਂ ਨੇ ਹਵਾਈ ਫਾਇਰ ਕੀਤੇ ਸੀਗੇ ਅਤੇ ਪੁਲਿਸ ਨੇ 10 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ 10 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਅਤੇ ਕਮਾਲ ਦੀ ਗੱਲ ਇਹ ਹੈ ਕਿ ਪੁਲਿਸ ਦੀ ਹਾਜ਼ਰੀ ਵਿੱਚ ਫਾਇਰਿੰਗ ਕੀਤੀ ਜਾ ਰਹੀ ਹੈ ਕਿ ਇਹ ਸਵਾਲ ਆਪਣੇ ਆਪ ਵਿੱਚ ਬਹੁਤ ਵੱਡਾ ਹੋ ਜਾਂਦਾ 8ਵੀਂ ਤੁਸੀਂ ਦੇਖ ਰਹੇ ਹੋ ਫਤਿਹਗੜ੍ਹ ਸਾਹਿਬ ਦੀ ਜਿੱਥੇ ਨਗਰ ਕੀਰਤਨ 'ਚ ਹਵਾਈ ਫਾਇਰ ਕੀਤੇ ਗਏ ਆ ਨਗਰ ਕੀਰਤਨ ਦੇ ਸਵਾਗਤ ਵਿੱਚ ਠਾਠਾ ਕੀਤੀ ਜਾ ਰਹੀ ਹੈਗੀ ਹੈ ਪੁਲਿਸ ਨੇ ਪਿਓ ਪੁੱਤ ਨੂੰ ਇੱਥੇ ਗ੍ਰਿਫਤਾਰ ਕੀਤਾ ਹੈਗਾ ਇਹ 8 ਤਸਵੀਰਾਂ ਆਪਣੇ ਆਪ ਵਿੱਚ ਬਿਆਨ ਕਰ ਰਹੀਆਂ ਕਿ ਐਗਰੀਕਲਚਰ ਬਾਰੇ ਪੰਜਾਬ ਵਿੱਚ ਗਨ ਕਲਚਰ ਕਿਉਂ ਪਸਰ ਰਿਹਾ ਹੈਗਾ ਅਤੇ ਸਮਾਜ ਦਾ ਹਰ ਵਰਗ ਇਸ ਤੋਂ ਪੀੜਿਤ ਹੈਗਾ ਚਾਹੇ ਉਹ ਸਿਆਸੀ ਵਰਗ ਹੈ ਚਾਹੇ ਉਹ ਸਮਾਜਿਕ ਵਰਗ ਹੈਗਾ ਚਾਹੇ ਉਹ ਗਾਇਕੀ ਜਿਸ ਨੂੰ ਭੰਡਿਆ ਜਾ ਰਿਹਾ ਅਕਸਰ ਕਿ ਹਥਿਆਰਾਂ ਵਾਲੇ ਗਾਣੇ ਗਾਉਂਦੇ ਹੈਗੇ ਇਸ ਕਰਕੇ ਇਹ ਕਲਚਰ ਪਸਰ ਰਿਹਾ ਹੈਗਾ ਪਰ ਮੇਰਾ ਸਵਾਲ ਇਹ ਵੀ ਹੋਵੇਗਾ ਕਿ ਗੁਰੂ ਦੇ ਬਾਣੇ ਵਾਲਿਆਂ ਨੇ ਹਥਿਆਰਾਂ ਵਾਲੇ ਗਾਣੇ ਕਿੰਨੇ ਸੁਣੇ ਹੈਗੇ ਆ ਇਹਨਾਂ ਨੂੰ ਫਾਇਰ ਕਰਨੇ ਕਿੰਨੇ ਸਿਖਾਇਆ ਗਿਆ ਬਹੁਤ ਸਾਰੇ ਇਹੋ ਜਿਹੇ ਸਵਾਲ ਸਾਰੇ ਇਸ ਡਿਬੇਟ ਦੇ ਵਿੱਚ ਪੁੱਛੇ ਜਾਣਗੇ ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਇਸ ਡਿਬੇਟ ਦੇ ਵਿੱਚ ਵੱਡਾ ਸਵਾਲ ਇਹ ਹੋਵੇਗਾ ਐਗਰੀਕਲਚਰ ਵਾਲੇ ਪੰਜਾਬੀ ਗਨ ਕਲਚਰ ਵੱਲ ਕਿਉਂ ਵੱਧ ਰਹੇ ਹੈਗੇ ਆ ਇਸ ਸਵਾਲ 'ਤੇ ਸਾਡਾ ਫੋਕਸ ਰਹੇਗਾ ਪੈਨਲ ਸਾਡਾ ਮੌਜੂਦ ਹੈਗਾ ਉਹਨਾਂ ਦਾ ਤੁਹਾਡਾ ਤਾਰਫ ਕਰਾ ਰਿਹਾ ਡਾਕਟਰ ਪਹਿਲਾ ਗਰਗ ਇਹ ਮਾਹਰ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਸਾਬਕਾ ਰਜਿਸਟਰਾਰ ਨੇ ਵਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਸਮਾਜਿਕ ਗਤੀਵਿਧੀਆਂ ਵਿੱਚ ਵੱਡੇ ਪੱਧਰ 'ਤੇ ਹਿੱਸਾ ਲੈਂਦੇ ਆ ਅਤੇ ਇਸ ਕਰਕੇ ਇਹਨਾਂ ਨੂੰ ਸੱਦਿਆ ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਰਾਣਾ ਬਲਜੀਤ ਸਿੰਘ ਚਹਿਲ ਕਾਂਗਰਸ ਦੇ ਬੁਲਾਰੇ ਆ ਯੂਥ ਲੀਡਰ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਿਆਸਤ ਤੋਂ ਲੈ ਕੇ ਜਿਹੜਾ ਸਮਾਜ ਤੱਕ ਸੁਨੇਹਾ ਦਿੱਤਾ ਜਾ ਰਿਹਾ ਉਸ ਸੁਨੇਹੇ ਦਾ ਮਤਲਬ ਹੈ ਕਿ ਅਤੇ ਫਾਇਰ ਜਿਹੜਾ ਪੰਜਾਬੀਆਂ ਦੇ ਵਿੱਚ ਅਸਲ ਫਾਇਰ ਹੈਗਾ ਉਹ ਕਿਹੜੇ ਫਾਇਰ ਵਿੱਚ ਬਦਲਦਾ ਪਿਆ ਹੈਗਾ ਰਾਣਾ ਬਲਜੀਤ ਚਹਿਲ ਤੁਹਾਡਾ ਬਹੁਤ ਸਵਾਗਤ ਹੈ ਅਰਸ਼ਜੀਤ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਹੈ ਕਿ ਇਹ ਅਕਸਰ ਜਦੋਂ ਮਾਮਲੇ ਇਹੋ ਜਿਹੇ ਆਉਂਦੇ ਆ ਤਾਂ ਸਿਆਸੀ ਰੰਜਿਸ਼ ਨਾਲ ਜੋੜ ਕੇ ਦੇਖੇ ਜਾਂਦੇ ਹੈਗੇ ਆ ਪਰ ਇਹ ਸਿਆਸੀ ਰੰਜਿਸ਼ ਦੇ ਨਾਲ ਨਾਲ ਸਿਆਸਤ ਤੋਂ ਇੱਕ ਨਿਕਲਦੀ ਰੰਜਿਸ਼ ਜਿਹੜੀ ਸਮਾਜ ਦੇ ਹਰ ਵਰਗ ਤੱਕ ਫੈਲ ਰਹੀ ਹੈਗੀ ਆ ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਵੀ ਯੂਥ ਆਗੂ ਨੇ ਅਤੇ ਨਾਲੇ ਵਕਾਲਤ ਨਾਲ ਇਹਨਾਂ ਦਾ ਸੰਬੰਧ ਹੈਗਾ ਇਸ ਕਰਕੇ ਇਹਨਾਂ ਨੂੰ ਸੱਦਿਆ ਹੈਗਾ ਅਰਸ਼ਜੀਤ ਸਿੰਘ ਕਲੇਰ ਤੁਹਾਡਾ ਬਹੁਤ ਸਵਾਗਤ ਹੈ ਮਾਲਵੀ ਸਿੰਘ ਮਾਲੀ
ਇਹ ਅਕਸਰ ਕਹਿੰਦੇ ਹੈਗੇ ਆ ਕਿ ਜਿਹੜੇ ਗੰਭੀਰ ਮੁੱਦੇ ਹੈਗੇ ਆ ਜਿਹੜੇ ਪੰਜਾਬੀਅਤ ਨਾਲ ਜੁੜੇ ਹੋਏ ਆ ਪੰਜਾਬ ਨਾਲ ਜੁੜੇ ਹੋਏ ਉਹਨਾਂ 'ਤੇ ਚਰਚੇ ਨਹੀਂ ਹੁੰਦੇ ਕਿ ਜਿਹੜੇ ਮਸਲੇ ਅਸਲ ਵਿੱਚ ਪੰਜਾਬ ਵਿੱਚ ਹੈਗੇ ਆ ਉਹਨਾਂ 'ਤੇ ਚਰਚੇ ਨਹੀਂ ਹੁੰਦੇ ਕਿ ਸਿਆਸੀ ਬਿਆਨਬਾਜ਼ੀਆਂ 'ਤੇ ਚਰਚਾ ਕਰਕੇ ਮੀਡੀਆ ਵੀ ਆਪਣੀ ਜ਼ਿੰਮੇਵਾਰੀ ਨਿਭਾ ਦਿੰਦਾ ਹੈਗਾ ਅਕਸਰ ਮੀਡੀਆ 'ਤੇ ਵੀ ਇਹ ਪ੍ਰਸ਼ਨ ਚਿੰਨ੍ਹ ਖੜ੍ਹੇ ਕਰਦੇ ਰਹਿੰਦੇ ਹੈਗੇ ਇਸ ਕਰਕੇ ਮਾਲੀ ਸਾਹਿਬ ਨੂੰ ਸੱਦਿਆ ਕਿ ਮਾਲੀ ਸਾਹਿਬ ਸਾਨੂੰ ਸਮਝਾ ਸਕਣ ਕਿ ਕਿਹੜੇ ਸੱਭਿਆਚਾਰ ਵੱਲ ਅਸੀਂ ਵੱਧ ਰਹੇ ਹਾਂ ਅਤੇ ਕਿਹੜੇ ਸੱਭਿਆਚਾਰ ਦੇ ਅਸੀਂ ਹਾਣੀ ਰਹੇ ਹਾਂ ਅਤੇ ਹੁਣ ਅੱਗੇ ਸਾਡਾ ਭਵਿੱਖ ਹੋਵੇਗਾ ਕਿ ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਪੋਲੀਟੀਕਲ ਕਮੈਂਟਰ ਦੇ ਤੌਰ 'ਤੇ ਸਾਡੇ ਕੋਲ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਲ ਰਾਣਾ ਬਲਜੀਤ ਚੱਲ ਤੁਹਾਨੂੰ ਕਰਨਾ ਚਾਹੁੰਗਾ ਰਾਣਾ ਬਲਜੀਤ ਚੱਲ ਸਾਰਾ ਮਸਲਾ ਕਾਨੂੰਨ ਵਿਵਸਥਾ ਦਾ ਨਹੀਂ ਕੇਪੀ ਸਾਹਿਬ ਗੱਲ ਇਹ ਹੈ ਵੀ ਬਹੁਤ ਚੀਜ਼ਾਂ ਨੂੰ ਸਾਨੂੰ ਟੋਲਣ ਦੀ ਲੋੜ ਹੁੰਦੀ ਹੈ ਜਦੋਂ ਇੱਦਾਂ ਦੇ ਕੇਸ ਵਿੱਚ ਆਉਂਦੇ ਆ ਜਿੱਦਾਂ ਤੁਸੀਂ ਇੱਕ ਸਿੱਖੀ ਦੀ ਗੱਲ ਕੀਤੀ ਕਿ ਸਿੱਖੀ ਭੁੱਲਦੇ ਜਾ ਰਹੇ ਆ ਫੈਰਾ ਵੱਲ ਆ ਰਹੇ ਆ ਲੋਕ ਉਹਦੇ 'ਚ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਆਪਦੇ ਵਿਰਸੇ ਦੇ ਵਿੱਚ ਜੋ ਸਾਡੀਆਂ ਧਾਰਮਿਕ ਜਥੇਬੰਦੀਆਂ ਉਹ ਸਾਡੇ ਬੱਚਿਆਂ ਨੂੰ ਕਿੱਧਰ ਲਿਜਾ ਰਹੇ ਆ ਕੀ ਉਹਨਾਂ ਨੇ ਜਦੋਂ ਸਾਹਿਬਜ਼ਾਦਿਆਂ ਦਾ ਦਿਵਸ ਆਉਂਦਾ ਕੀ ਬੱਚਿਆਂ ਨੂੰ ਉਹ ਉਸ ਮੋਟਰ ਜੀ ਚੱਲ ਮਾਫ਼ ਕਰਨਾ ਮੈਂ ਵੈਸੇ ਮੈਂ ਰੋਕਦਾ ਨਹੀਂ ਹੁੰਦਾ ਸ਼ੁਰੂ ਦੇ ਵਿੱਚ ਪਰ ਤੁਹਾਨੂੰ ਰੋਕਣਾ ਪੈ ਰਿਹਾ ਤੁਸੀਂ ਸਿੱਧਾ ਫੋਕਸ ਉੱਥੇ ਜਾ ਕੇ ਕਰ ਲਿਆ ਗੁਰੂ ਦੇ ਬਾਣੇ ਵਾਲੇ ਵੱਲ ਮੈਂ ਤਾਂ ਸਵਾਲ ਤੁਹਾਨੂੰ ਕੀਤਾ ਸਰਕਾਰ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਕਾਨੂੰਨ ਵਿਵਸਥਾ ਦਾ ਮਸਲਾ ਹੈ ਜਾਂ ਨਹੀਂ ਹੈ ਇਹਦੇ ਵਿੱਚ ਕਾਨੂੰਨ ਵਿਵਸਥਾ ਨੂੰ ਮੇਨਟੇਨ ਕਰਨਾ ਸਰਕਾਰ ਦੀ ਇੱਕ ਨੈਤਿਕ ਜ਼ਿੰਮੇਵਾਰੀ ਹੈ ਪਰ ਕਿਤੇ ਨਾ ਕਿਤੇ ਸਾਨੂੰ ਜੋ ਇੱਕ ਮਾਨਸਿਕਤਾ ਲੋਕਾਂ ਦੀ ਉਹਦੇ ਵੱਲ ਵੀ ਝਾਤਣ ਦੀ ਲੋੜ ਹੈ ਠੀਕ ਹੈ ਇਹ ਪੁਆਇੰਟ ਤੁਹਾਡਾ ਐਡਰੈਸ ਕੀਤਾ ਜਾਵੇਗਾ ਅਰਜੀਤ ਸਿੰਘ ਕਲੇਰ ਇਸ ਪੂਰੇ ਮਾਮਲੇ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਕਿਉਂਕਿ ਮਾਮਲਾ ਸਿਆਸੀ ਰੰਜਿਸ਼ ਨਾਲ ਵੀ ਜੁੜਿਆ ਹੋਇਆ ਸਮਾਜ ਦੇ ਤਾਣੇ ਬਾਣੇ ਨਾਲ ਵੀ ਜੁੜਿਆ ਹੋਇਆ ਅਤੇ ਆਸਥਾ ਦੇ ਉਸ ਬਾਣੇ ਨਾਲ ਵੀ ਜੁੜਿਆ ਹੋਇਆ ਜਿੱਥੇ ਇਹ ਹਵਾਈ ਫਾਇਰ ਕੀਤੇ ਜਾ ਰਹੇ ਅਤੇ ਕਿਹਾ ਜਾ ਰਿਹਾ ਕਿ ਖੁਸ਼ੀ ਵਿੱਚ ਕਰ ਦਿੱਤੇ ਗਏ ਕੇਪੀ ਜੀ ਅੱਜ ਦੀ ਡਿਬੇਟ ਦੇ ਦੋ ਪਹਿਲੂ ਨੇ ਜਿਹੜਾ ਪਹਿਲਾ ਪਹਿਲੂ ਆਪਾਂ ਉੱਪਰ ਤਸਵੀਰਾਂ ਦੇਖੀਆਂ ਉਹ ਲਾਅ ਐਂਡ ਆਰਡਰ ਦੀ ਸਿੱਧੀ ਜੋ ਪੰਜਾਬ ਦੇ ਵਿੱਚ ਤ੍ਰਾਸਦੀ ਮਚੀ ਹੋਈ ਹੈ ਉਹਦੀ ਤਸਵੀਰ ਬਿਆਨ ਕਰਦਾ ਜਿਹੜੀਆਂ ਬਾਅਦ ਦੇ ਵਿੱਚ ਆਪਾਂ 6 ਤੋਂ ਲੈ ਕੇ 8-9 ਤੱਕ ਤਸਵੀਰਾਂ ਦੇਖੀਆਂ ਉਹ ਕਿਤੇ ਨਾ ਕਿਤੇ ਹੁੱਲੜਬਾਜ਼ੀ ਸ਼ੋਸ਼ੇਬਾਜ਼ੀ ਜਿਹਦੇ 'ਚ ਪੰਜਾਬੀ ਜਿਸ ਪਾਸੇ ਨੂੰ ਝੁੱਕ ਰਹੇ ਨੇ ਉਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਜੋ ਉੱਪਰ ਮੈਂ ਦੇਖ ਰਿਹਾ ਜਿੱਥੇ ਇੱਕ ਬਠਿੰਡਾ ਦੇ ਵਿੱਚ ਯੂਥ ਦੇ ਗੋਲੀ ਮਾਰੀ ਗਈ ਹੈ ਮਸਲਾ ਕੁਛ ਵੀ ਹੋਵੇ ਮੈਂ ਇਹ ਨਹੀਂ ਕਹਿੰਦਾ ਕਿ ਉਹ ਸਹੀ ਸੀ ਪਰ ਗੋਲੀ ਮਾਰਨਾ ਵੀ ਕੋਈ ਹੱਲ ਨਹੀਂ ਇਹ ਦਿਖਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਜਿਹੜੀ ਜਨਤਾ ਹੈ ਉਹਦਾ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਹੱਥ ਜੁੜਦਾ ਜਾ ਰਿਹਾ ਪੰਜਾਬੀਆਂ ਨੂੰ ਗੋਲੀਆਂ ਦਿੱਤੀਆਂ ਅਤੇ ਉਹਨਾਂ ਗੋਲੀਆਂ ਦਾ ਅਸਰ ਹੈ ਜਦੋਂ ਪੰਜਾਬੀਆਂ ਦੇ ਕੋਲ ਕੰਮਕਾਰ ਨਹੀਂ ਹੈਗਾ ਉਹ ਕਰਨਗੇ ਕੀ ਕੇਪੀ ਜੀ ਕੰਮਕਾਰ ਵੀ ਠੀਕ ਹੈ ਤੁਸੀਂ ਮੈਂ ਫਿਰ ਦੁਬਾਰਾ ਉਸੇ ਗੱਲ 'ਤੇ ਆ ਜਾਂਦਾ ਕਿ ਠੀਕ ਹੈ ਤੁਸੀਂ ਅਨਇੰਪਲੋਇਮੈਂਟ ਇਹਦੇ ਨਾਲ ਜੋੜ ਕੇ ਦੇਖੋਗੇ ਪਰ ਜੋ ਪੰਜਾਬ ਦੇ ਵਿੱਚ ਹੋ ਰਿਹਾ ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਤੋਂ ਵੀ ਲੋਕਾਂ ਦਾ ਜਿਹੜਾ ਇੱਕ ਭਰੋਸਾ ਹੀ ਉੱਠ ਗਿਆ ਹੈਗਾ ਇਹ ਉਹਦੇ ਨਤੀਜੇ ਨੇ ਹੁਣ ਲੋਕ ਇਹ ਸੋਚਣ ਲੱਗ ਗਏ ਨੇ ਕਿ ਕੀ ਕਰਾਂਗੇ ਥਾਣੇ ਜਾ ਕੇ ਜਿੱਥੇ ਕੋਈ ਸੁਣਵਾਈ ਨਹੀਂ ਹੋਣੀ ਮੌਕੇ 'ਤੇ ਨਿਪਟਾਰਾ ਕਰਨ ਦੇ ਚੱਕਰ 'ਚ ਪੈ ਰਹੇ ਨੇ ਸਰਕਾਰ ਦਾ ਜਿਹੜੀਆਂ ਲੋਕਾਂ ਦੀਆਂ ਜੋ ਹੁਣ ਪੰਜਾਬ ਦੇ ਵਿੱਚ ਹੋਇਆ ਜੋ ਢਿੱਲਵਾਂ ਸਰਪੰਚ ਸਾਹਿਬ ਦਾ ਕਤਲ ਹੁੰਦਾ ਉੱਥੇ ਜੋ ਸੰਗਰੂਰ ਜਗਮੇਲ ਨਾਲ ਜੋ ਇੱਕ ਅਣਮਨੁੱਖੀ ਤਸੀਹਾ ਉਹਦੇ ਨਾਲ ਕੀਤਾ ਗਿਆ ਉਹ ਸਾਰਾ ਕੁਝ ਬਿਆਨ ਕਰਦਾ ਹੈ ਕਿ ਹੁਣ ਜਿਹੜਾ ਲਾਅ ਐਂਡ ਆਰਡਰ ਹੈ ਲੋਕਾਂ ਨੇ ਆਪਣੇ ਹੱਥ 'ਚ ਹੀ ਲੈ ਲਿਆ ਲੋਕ ਮੌਕੇ ਤੇ ਫੈਸਲਾ ਕਰਦੇ ਨੇ ਸਵਾਲ ਉੱਠਦੇ ਸੀਗੇ ਮੈਨੂੰ ਤਾਂ ਕਈ ਵਾਰੀ ਐਂ ਲੱਗਦਾ ਤੁਸੀਂ ਦੋਨੋਂ ਆਪਸ ਵਿੱਚ ਉਹੀ ਸਵਾਲ ਚੁੱਕਦੇ ਹੋ ਜਿਹੜੇ 10 ਸਾਲ ਇਹ ਚੱਕਦੇ ਰਹੇ ਹੁਣ ਉਹ ਤੁਸੀਂ ਚੱਕਦੇ ਪਏ ਹੋ ਕੇਪੀ ਜੀ ਤੁਹਾਡੇ ਸਵਾਲਾਂ ਸਵਾਲ ਉਹੀ ਹੈ ਨਹੀਂ ਨਹੀਂ ਕੇਪੀ ਮਸਲੇ ਉਹੀ ਹੈ ਮਸਲੇ ਨਹੀਂ ਨਿਬੜਦੇ ਹੈ ਕੇਪੀ ਜੀ ਦੇਖੋ ਮੈਂ ਇਹ ਨਹੀਂ ਕਹਿੰਦਾ 10 ਸਾਲ ਅਕਾਲੀ ਦਲ ਬੀਜੇਪੀ ਦੀ ਸਰਕਾਰ ਰਹੀ ਹੈ ਮੈਂ 100% ਮਾਰਕਸ ਨਹੀਂ ਦਿੰਦਾ ਤਰੁੱਟੀਆਂ ਰਹਿ ਗਈਆਂ ਹੋਣੀਆਂ ਪਰ ਕੀ ਅਗਰ ਜੋ ਅਕਾਲੀ ਦਲ ਦੀਆਂ ਕਮੀਆਂ ਨੇ ਲੋਕਾਂ ਨੇ ਸਰਕਾਰ ਬਦਲੀ ਨਵੀਂ ਸਰਕਾਰ ਲੈ ਕੇ ਆਉਂਦੀ ਕੀ ਨਵੀਂ ਸਰਕਾਰ ਨੂੰ ਲਾਇਸੈਂਸ ਮਿਲ ਗਿਆ ਕਿ ਗਲਤੀਆਂ ਕਰੇ ਅਗਰ ਸਾਡੇ ਤੁਸੀਂ ਲਕੀਰ ਖਿੱਚੀ ਹੈ ਲੰਬੀ ਕਰਦੇ ਪਏ ਤੁਸੀਂ ਲਕੀਰ ਖਿੱਚੀ ਹੈ ਲੰਬੀ ਕਰਦੇ ਪਏ ਤੁਸੀਂ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪੁਲਿਸ ਮੁਲਾਜ਼ਮ ਵਾਲਾ ਭੁੱਲ ਗਏ ਹੋ ਮੋਗਾ ਕਾਂਡ ਤੁਸੀਂ ਭੁੱਲ ਗਏ ਹੋ ਪਿੰਟਾ ਕਾਂਡ ਤੁਸੀਂ ਭੁੱਲ ਗਏ ਹੋ ਸਭ ਕੁਝ ਭੁੱਲ ਗਏ ਰਾਣਾ ਬਲਜੀਤ ਕੋਈ ਗੱਲ ਨਹੀਂ ਗੱਲ ਇਹ ਹੈ ਜੀ ਕੇਪੀ ਸਾਹਿਬ ਕੇਪੀ ਸਾਹਿਬ ਸਾਡੇ ਪੰਜਾਬ ਦੀ ਸਭ ਤੋਂ ਵੱਡੀ ਤਰਾਸਗੀ ਇਹ ਆ ਜਦੋਂ ਅਸੀਂ ਜੋ ਇੱਕ ਆਪਦੀ ਪੋਲਿਟਿਕਸ ਦੇ ਵਿੱਚ ਆ ਕੇ ਜੋ ਅਸੀਂ ਆਪਦੇ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਦੀਆਂ ਬੜੇ ਮੰਚਾਂ ਤੋਂ ਗੱਲਾਂ ਕਰਦੇ ਹੋ ਅਸੀਂ ਦੇ ਨਹੀਂ ਪਾ ਰਹੇ ਹਾਲਾਂਕਿ ਉਹੀ ਚੀਜ਼ਾਂ ਕਲੇਰ ਸਾਹਿਬ ਗੱਲ ਕਰ ਰਹੇ ਆ ਇਹਨਾਂ ਨੂੰ ਕਿੱਥੇ ਗੱਲ ਕਰਨੀ ਚਾਹੀਦੀ ਅਨਇੰਪਲੋਇਮੈਂਟ ਤੁਹਾਡਾ ਬਿਲਕੁਲ ਮੁੱਦਾ ਬਿਲਕੁਲ ਸਹੀ ਆ ਹੁਣ ਇਹ ਜਦੋਂ ਗੱਲ ਨੂੰ ਇਹ ਫੇਰ ਕਰਨਗੇ ਰੀਕੈਲਕੂਲੇਟ ਇਸ ਗੱਲ ਨੂੰ ਕਰਾਂਗੇ 10 ਸਾਲਾਂ ਤੇ ਜਾਊ ਪੰਜਾਬ ਦੇ ਨੌਜਵਾਨ ਨੂੰ ਨਸ਼ੇ ਤੇ ਲਾਤਾ ਪੰਜਾਬ ਦੇ ਰੋਜ਼ਗਾਰ ਖਤਮ ਕਰ ਦਿੱਤਾ ਦੂਸਰੀ ਗੱਲ ਇਹ ਰਹੇਗੀ ਪੰਜਾਬ ਦੀ ਬਦਕਿਸਮਤੀ ਆ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ ਉਹਨਾਂ ਨੇ ਨੌਜਵਾਨਾਂ ਦੀ ਮਾਨਸਿਕਤਾ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਤੁਸੀਂ ਧਰਮ ਦੀ ਗੱਲ ਕੀਤੀ ਸੀ ਧਰਮ ਦੇ ਵਿੱਚ ਸਭ ਨੂੰ ਅੱਜ SGPC ਨੇ ਆਪਣਾ ਕੀ ਫਰਜ਼ ਨਿਭਾਇਆ ਉਹ ਵੀ ਬਾਦਲ ਪਰਿਵਾਰ ਦੇ ਹੇਠ ਚੱਲ ਰਹੀ ਆ ਉਹਨਾਂ ਨੇ ਕਦੇ ਸਾਡੇ ਨੌਜਵਾਨਾਂ ਨੂੰ ਪੀੜ੍ਹੀ ਨੂੰ ਇਹ ਨਹੀਂ ਦੱਸਿਆ
कि छोटे साहबजादे की सी उन्हां दी शहादत की सी वारां नहीं गाईआं जांदियां उत्थे जाके बच्चों अंदरों उन्हां दे जज्बा नहीं पैदा किया जांदा कीता की जांदा गाणियां थ्रू तुहाडे सवालां दा जवाब आ गया एक छोटा ब्रेक लैणा ब्रेक तों वापस आवांगे किहड़े फायर च पए पंजाबी इह कह रहे कि नौजवानों की मानसिकता नूं पढ़न की कोशिश नहीं की सियासत ने किन्ने पढ़न की कोशिश की है कि समाज नौजवानों की मानसिकता नूं पढ़ पा रहा है क्या जिहड़े मैदान पंजाब दे विच रहे हैगे जिथे जवानी साडी खेडदी सीगी कि उत्थे उह खेडण जांदी है की आ जिथे गतका सिखाया जांदा सी कि उत्थे उह सिखण जांदे है की आ हुण इह सवाल कीता जाएगा स्टूडियो विच बैठे तुसीं बहुत वड्डे वड्डे गल्लां करदे हो पर असीं इन्हां रामां चों लंघ के आए हां सानूं दसणा नहीं चाहीदा पर दसणा पै रहा है पंजाबी नौजवान जिस तरीके नाल सोचदे सीगे कि उहनां दी मानसिकता ते कोई होर तां नहीं कब्जा कर रहा कि पंजाबियां दी अणख नूं कोई कतल तां नहीं कर रहा ब्रेक तों वापस आ रहे हां सवाल एक पूछ रहे हैं बड़ा सवाल असं यह पूछ रहे हैं इस डिबेट के एग्रीकल्चर वाले पंजाबी गन कल्चर वाल क्यों बद रहे हैं माली साहब बहुत संखेप में मैं थोड़े तो जवाब चाहिए तुम हमेशा मसलों की गल करते हो ये तो कि मसला नज़र आ रहा सियासी मसला या समाजिक मसला बहुत गंभीर मसला है असल च जो असं किसी समाज में वेखते हैं ना जी इतिहासक तौर पर देखिए असं पुराने जोड़े समाज रहे ने राज रहे ने असं जंगल का राज भी कहते रहे असं कहते इस तरह हूँ असं कहने डेमोक्रेसी आ गई जमहूरीयत आ गई कानून का राज प्रबंध आ गया जिहड़ा सारयां दीयां नज़रां च बराबर रखता सारयां नूं जदों तुसीं समाज की हालत देखते हो तो तुसीं ये देखो भी पाड़े किड्डे वड्डे ने हिंसा जिहड़ी गोली मारना इक्का हिंसा का रूप तुहाडी आर्थिक पाड़ा एड्डा वड्डा वध रहा समाजिक पाड़े एड्डे वड्डे वध रहे ने चाहे वह औरतों नाल संबंधित होण दलतों नाल संबंधित होण किसी होर नाल संबंधित होण सियासी तौर पर ताकत जिहड़ी वो केंद्रित हो रही है कुछ हत्थां दे विच लोकां दी किसे पासे प्रगटावा हो रहा है ना जी जो अकाली सरकार कहने लोगों नूं याद नहीं भी एक आई जी दीआं किवें लत्तां तोड़ियां सी अपने लुधियाणे ये लोगों नूं याद नहीं एक पुलिसी आपदी बेटी की इज्जत बचाउंदा सी ते किवें मारिया सी ते उत्ते नारे किहड़े बंदे दे नां ते लगे सी सो ये लम्मा लम्मा वरतारा ऐ नहीं अचानक हो गया साडा समाज आ जिहड़ा ये दस रहा भी ये मानसिक तौर पर बीमार आ बाकी सारे पक्षां दे विच भी बीमारी आ आम तौर पर सारे मानते सी भी पंजाब बहुत कंगाली दे विच गर्क गया हुण की हो गया हुण पंजाब कित्थे आ गया भी पंजाब दे लोक पंजाब छड के भज रही आ सारी नौजवान पीढ़ी जिहड़ी उधर जा रही है जिहड़ी निराशता दे विच आ नशियां दे विच पै रही है जिहड़े होर फ्रस्ट्रेट ने वह इहो जिहे कम्मां दे वल पै रहे ने तुसीं ये देखो हिंसा जिहड़ी व्यापक हिंसा साडे समाज दे विच तुसीं अखबार दी खबरां पढ़ो ना जी पति पत्नी दे रौले नाल की हो गया बच्चों नूं लैके खुदकशी कर ली किसान ने खुदकशी कर ली ते आ जिहड़ा हथियारां दा विखावा ये तो सरकारां करदियां ने तुसीं ये देखो हर एक गनमैन लई फिरदा जी कहदे खातर 1985 तों जिहड़े बंदे नूं कोई खतरा नहीं तुसीं दो दो तीन तीन गनमैन दित्ते होए ने उहनां नूं ते सरकार दा खजाना जिहड़ा वह भी हथियारां दा शो आ ना जी वो भी तुसी दिखा रहे हो ना भी साडे कोले हथियार ने तुहानूं लगदा भी शोशेबाजी च पै गए असीं ना 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 मानसिक तौर ते असीं बीमार आ साडा समाज बीमार हो गया ये उहदे प्रगटावे हो रहे ने उगड़मे जिहदा इलाज जिहदे लई जिम्मेवार सियासतदान ने पर इहदे इलाज लई सानूं समाजिक जागरूकता लियाउण दी लोड़ आ क्योंकि समाजिक सरोकारां तों सखणा कोई भी व्यक्ति अनपढ़ हुंदा मैं कहिंदा पंजाबी अनपढ़ बन रहे ने सो इस करके मेरा बहुत स्पष्ट सवाल आ मन तू जोत स्वरूप है अपना मूल पछाण सानू जड़ां तो खेड़ता जिहदी असीं गल्लां करदे आ विरसे दी होर सारे कासे दी पुराणा विरसे दीआं बारां गाउण नाल नहीं लोकां ने सिखणा पुराणे विरसे तो प्रेरणा लैके अज तुहानू की करना चाहीदा पिछले कई सालों से चल रही है दहाकियां तो चल रही है दो सियासतदान यंग सियासतदान तुहाडे सामने एक दूजे के दोषारोपण तो सिवाए अगे मेरा ख्याल है बहुते वधे नहीं कि भाई वो उन्होंने वेले की होया उन्होंने वेले तहसीलदार दफ्तर बैठे जो कुटिया जाता है जे कानून के अमन कानून की जे हवेली दे कोल कोई बंदा समगलर फड़ा जाता वो गोली मार दी जाती पुलिस वाले दे उदो कुछ नहीं हुंदा बस दे विच औरत मार दी जाती उदो कुछ नहीं हुंदा जे इन्हां वेले हुण शरेआम कहिंदे ने भी कोई नहीं
थानेदार तो रहना कि नहीं आ हूँ ही आ कोई साल के पहला की गल मैं बस जा रहा सर आप कह रहे हैं वो तो नशे फड़े जा रहे हैं जे फिरोजपुर चलो ध्यान दे बाकी आप जानते हैं जे योजा सारा कुछ हो रहा है ये सियासतदान एक दूजे दोस्त दे के एक दूजे की मतलब गत्का खेलने वाली गल करते हैं मैं हूँ जिते आ रहा मैं इतने आ रहा कि पंजाब एक चौतरफे संकट चिरया हो सू दिखता है वो बौद्धिकता थले चली गई वो अणख में मारिया जा रहा है अणख में मारन वास्ते हथियार की शुरू कर आप जो हथियार की गल करिए पंजाब दे विच प्रति करोड़ जोड़े हथियार के लसेंस ने पूरे मुल्क चो ज़्यादा ने पूरे मुल्क 36 लाख लोगों लसेंस दिते हुए ने जिद चो 12 लाख लसेंस जोड़े ने वो यूपी च ने पर आबादी 19 करोड़ की है जिदे पंजाब 4 लाख लसेंस ने जिद आबादी 3.25 करोड़ की है इस तो सू पता है पंजाब दे विच तकरीबन जे हिंदुस्तान की एवरेज 25 लाख बंदे पिछे 1 लाख 25,000 है 1 करोड़ के पिछे तो पंजाब दे विच 1 करोड़ के पिछे 1.5 लाख हथियार दे तां लसेंस ने जो तुसी इन्ने इन्ने ज़्यादा लसेंस दोगे इन्ना ज़्यादा लोगों के उत्ते पाओगे तो फिर वो चो वायलेंस निकलनी है पहली गल ये दूजी गल यह है भी तुम जो माली साहब ने कहा मैं सहमत हाँ इस गल भी तुम पावर का विखावा कहते ना कर दौ चार चार गणमैन तुरे जा रहे कोई काम नहीं उन्होंने भोला भी उन्होंने तो कई बार काम ही आपके घर के काम लाए जाते हैं हरेक बंदा गणमैन लेके भी मैं पावर चाँ हरेक बंदा जब सियासतदान कानून तोड़ के खुश हो रहा है मैनू एक सियासतदान दिखाओ जिसे सियासतदान ने कानून तोड़िया हो सज़ा मिली हो चाहे अकालिया का हो चाहे बीजेपी का हो चाहे किसी और का हो उल्टा प्रशासन जे किसी ने माड़ा मोटा छे कहने की कोशिश करी उन्हें दी है सो सियासतदान जब पहला साडे समाज शीशा कौन होंगे ने समाजिक लीडर जां धार्मिक लीडर तो सियासतदान अज ना तो सियासतदान साडे सामने वह जहाँ नमूने वाला एक तुहानू दस दो भी नहीं फिर सियासतदान सोशेबाजी करते बिल्कुल करते हैं शरेआम करते हैं लोगों को क्योंकि इन्हों का इंट्रस्ट है इन्हों का हित है कि लोग आपसी चलते रहन लोग गोलियां चलाते रहन लोग फुकरापंथी पैन लोग जगीरू पहुँच के पैन लोग जात पात के पैन लोग धर्मां के नाते वंडे जान लोग करजाई होंदे जान लोग अपनियां जमीनां वेचन लोगों के बच्चे बेशक बाहर चले जान नशेड़ी बन इन्हां सारां चों इन्हां दी कुजी भरदी है किवें भरदी है जे नशे विकदे ने तो नशा ने भी सबनों पता भी पुलिस सियासतदान के गठजोड़ सब के सामने आते हैं नशा समलगरां दे नाल जे वह नशेड़ी है जिहड़ा वह जमीन वेचदा आपदी वह कौन खरीददा है ये सब दे सामने है आ तुसी जाओ लुधियाने तो नीलो दे पुल तो अगे तक जमीन एग्रीकल्चर यूनिवर्सिटी किने खरीदी हुई है सारे पासे किने खरीदी है इत्थे आलदाल किने पुलिस वाले खरीदते हैं सियासतदान खरीदते हैं होर कोई साधारण बंदा खरीदूगा इस तो अगे उन्होंने नाल की है भी वह क्योंकि फस गए फिर उन्होंने माँ बापों के जनावे नूं छुड़ाओ फिर वो थले लगते हैं फिर वो गुंडे पाले जाते हैं आ जिहड़ा एक कल्चर जिहड़ा पिछे है गैंगस्टर आ कल भी गैंगस्टर का रौला पैंदा सी इह गैंगस्टर कल्चर किने पालिया गैंगस्टर कल्चर लखा सिधाना की आवाज़ सुन लो तुम रोज़ कहता भी मैंने किमें पाला गया सो तुम एक पास गैंगस्टर पा रहे हो एक पास नशेड़ी बना रहे हो एक पास नशे के सौदागर पा रहे हो एक पास पुलिस होर प्रशासन आपकी मुठ्ठी लैके भी देख जे ऐ करिए नहीं तेन सीधा कर देंगे जिसे चाहे वह SSP हो लत्तां तोड़ दो चाहे कोई तहसीलदार हो पग ला दो चाहे कोई होर अधिकारी होनू फट के कुट दो सो जब असी इस पास बढ़ रहे हैं इस पास पड़ोसी के जो हुआ तू अपने भी जान ये गुरु साहब का फरमान है सानू ये सियासतदान भुलेखे च ने कि बच रहे जो ये अग ऐसी है दावा नील हर तिन जाले कोई हरिया बूट रहे हुई कोई कोई हरिया रहना नहीं सारा जंगल वाग लगनी है चहल साहब बहुत ही इंपोर्टेंट सवाल गर्ग साहब ने चक्या है जेड़े फायर के इस वक्त पंजाबी सियासतदानों ने पाते है कि उस फायर के किसी दिन सियासतदानों ने भी झुलस जाना गल सुनो KP साहब जे हरेक चीज़ आप किते लौद दे विच कमी आ जाती आप पुलिस नूं भंडीए जां कोई इदां दीआं गल्लां हो जांदीआं आपां सियासतदानां नूं गल करिए हुण जिवें गर्ग साहब ने गल की है बहुत सत्कारयोग ने इन्हां ने लुधियाने की गल की है लुधियाने तो अद्धे तो ज़्यादा तो लोगों ने आपदियां जमीनां आप पट्टियां जदों असी बच्चे का विआह करना आपदे उस चीज़ के उपर आपकी औकात तो वध करना 40-40, 50-50 लाख विआह ते लाउणे आ बैंकां तो लिमटां चकणियां वो साडियां भरियां नहीं आ जाणियां आमदनी है नहीं खर्च साडे ज्यादे आ ते साडियां जमीनां विकणियां गईआं वह जदों जमीनां विकणियां कोई ना कोई तो उस जमीन नूं लाऊगा जिदे च कपैसिटी होगी वह लाऊगा सानू यह मुद्दा बड़ा गंभीर आ जमीन मैं पहले मजबूर तो नहीं किया जा रहा सवाल यह है मजबूर कौन हो रहे हैं आप मजबूर हो रहे हैं असी जो मजबूर आपे किया जा रहा है जो खेती करते हो मुनाफा मुनाफा धंधा नहीं रहा
ਐਗਰੀਕਲਚਰ ਵਾਲੇ ਮੇਰੀ ਗੱਲ ਸੁਣੋ ਜੀ, ਹੁਣ ਜੇ ਤੁਸੀਂ ਇਸ ਗੱਲ ਨੂੰ ਗੱਲ ਕਰਦੇ ਹੋ, ਮੇਰਾ ਏਰੀਆ ਲੰਬੀ ਏਰੀਆ ਜਿੱਥੇ 85-90 ਹਜ਼ਾਰ ਰੁਪਏ ਨੂੰ ਜ਼ਮੀਨ ਠੇਕੇ 'ਤੇ ਅੱਜ ਵੀ ਚੱਲ ਰਹੀ ਆ, ਅੱਜ ਵੀ ਲੋਕਾਂ ਨੇ ਲਈਆਂ, ਉਹ ਕਿਉਂ ਲਈਆਂ? 7-7 ਕਿੱਲਿਆਂ ਵਾਲੇ ਜ਼ਮੀਨ ਲੋਕ ਲੈਂਦੇ ਆ ਜਿਹੜੇ ਮਿਹਨਤਾਂ ਕਰਦੇ ਆ, ਅਤੇ ਲੁਧਿਆਣੇ ਏਰੀਆ 'ਚ ਦੇਖੋ ਕਿ ਪੰਜਾਬੀ ਹੁਣ ਮਿਹਨਤ ਕਸ਼ ਨਹੀਂ ਰਹੇ। ਬਿਲਕੁਲ, ਕਿਉਂ? ਕਲੀਅਰ ਸਾਹਿਬ ਇਸ ਵੱਲ ਤੋਂ ਜਦੋਂ ਪੰਜਾਬੀ ਮਿਹਨਤ ਕਸ਼ ਨਹੀਂ ਰਹੇ ਹੁਣ। ਕੇ ਪੀ ਜੀ, ਮੈਂ ਫਿਰ ਦੁਬਾਰਾ ਆ ਜਾਂਦਾ ਕਿ ਦੇਖੋ, ਦੋ ਚੀਜ਼ਾਂ ਨੇ, ਦੋ ਪਹਿਲੂ ਨੇ, ਜਿਵੇਂ ਗਰਗ ਸਾਹਿਬ ਨੇ ਤਾਂ ਟੋਟਲੀ ਇੱਕ ਦੂਜੇ ਪਾਸੇ ਨੂੰ ਚੀਜ਼ ਨੂੰ ਸਾਰੀ ਨੂੰ ਇੱਕ ਪਾਸਾ ਦਿਖਾਤਾ, ਦੂਜਾ ਪਾਸਾ ਇਹ ਹੈ ਕਿ ਜਿਹੜੇ ਖਰਚੇ ਅਸੀਂ ਵਧਾਏ ਹੋਏ ਨੇ ਉਹ ਖਰਚੇ ਸਾਨੂੰ ਕਿਸੇ ਨੇ ਵਧਾਉਣ ਲਈ ਨਹੀਂ ਕਿਹਾ, ਇਹ ਚਾਹੇ ਮੀਡੀਆ, ਚਾਹੇ ਟੀਵੀ, ਚਾਹੇ ਫਿਲਮਾਂ, ਚਾਹੇ ਗਾਣੇ, ਇਹ ਜੋ ਇਹ ਦੇਖ ਰਹੇ ਨੇ ਪੰਜਾਬੀ, ਇਹ ਉਹਨਾਂ ਵਰਗੇ ਬਣਨਾ ਚਾਹ ਰਹੇ ਨੇ। ਮੈਂ ਫਿਰ ਦੁਬਾਰਾ ਕਹਿੰਦਾ ਕਿ ਠੀਕ ਹੈ, ਦੋ ਸਮੱਸਿਆਵਾਂ ਬੜੀਆਂ ਭਾਰੀਆਂ ਨੇ, ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ, ਇੱਕ ਸ਼ੋਸ਼ੇਬਾਜ਼ੀ ਦੀ ਹੈ। ਸ਼ੋਸ਼ੇਬਾਜ਼ੀ ਕੱਲਾ ਸਿਆਸਤਦਾਨ ਨਹੀਂ ਸ਼ੋਸ਼ੇਬਾਜ਼ੀ ਸਿਖਾ ਰਹੇ, ਸ਼ੋਸ਼ੇਬਾਜ਼ੀ ਚੈਨਲ, ਟੀਵੀ, ਗਾਣੇ, ਇਹ ਚੱਕਵੇਂ ਗਾਣੇ, ਇਹ ਹਥਿਆਰਾਂ ਵਾਲੇ ਗਾਣੇ, ਇਹ ਸ਼ੋਸ਼ੇਬਾਜ਼ੀ। ਗਾਣਿਆਂ ਨੇ ਸਭ ਕੁਝ ਬਦਲਿਆ, ਗਾਣਿਆਂ ਨੇ, ਫਿਲਮਾਂ ਨੇ, ਇਹ ਚੀਜ਼ਾਂ ਨੇ ਸ਼ੋਸ਼ੇਬਾਜ਼ੀ ਪੰਜਾਬੀਆਂ ਚ ਇਹ ਲੈ ਕੇ ਆਏ ਨੇ। ਨਿਊਜ਼ ਚੈਨਲਸ ਕਰਕੇ ਨਹੀਂ, ਨਿਊਜ਼ ਚੈਨਲ ਦੇ ਵਿੱਚ ਨਹੀਂ, ਨਿਊਜ਼ ਚੈਨਲ ਨੂੰ ਤੁਸੀਂ ਕਹਿ ਸਕਦੇ, ਗਾਣੇ, ਸਪੈਸ਼ਲੀ ਗਾਣੇ ਤੇ ਫਿਲਮਾਂ, ਇਹ ਜਿਹੜਾ ਕਲਚਰ ਜਿਹੜਾ ਦਿਖਾਇਆ ਜਾ ਰਿਹਾ, ਇਹ ਉਹ ਕਿਤੇ ਨਾ ਕਿਤੇ ਅਡੋਪਟ ਕਰਦੇ ਗੁਰੂ ਦੇ ਬਾਣੇ ਵਾਲੇ, ਉਹਨਾਂ ਨੇ ਵੀ ਗਾਣੇ ਸੁਣੇ ਜਿਹੜੇ ਹਵਾਈ ਕਰਦੇ ਸੀ, ਜਿਹੜੇ ਗੁਰੂ ਦੇ ਬਾਣੇ ਵਾਲੇ। ਮੈਂ ਫਿਰ ਦੁਬਾਰਾ ਉੱਥੇ ਆ ਕੇ ਕਹਿਣਾ ਕਿ ਮੈਂ ਉਹਨਾਂ ਨੂੰ ਦੇਖਿਆ, ਉਹ ਨਿਹੰਗੀ ਬਾਣੇ ਦੇ ਉਹ ਮੈਨੇਜਰ ਨੇ, ਮੈਨੂੰ ਨਹੀਂ ਪਤਾ, ਪਰ ਉਹਨਾਂ ਨੇ ਇਹ ਕਿਉਂ ਕੀਤਾ, ਬੜੀ ਮੰਦਭਾਗੀ ਘਟਨਾ, ਅਰਦਾਸ ਦੇ ਵਿੱਚ ਇਹ ਕਰਨੀ, ਇਹ ਆਪਣੇ ਆਪ 'ਚ ਉਹਨਾਂ ਨੇ ਬਹੁਤ ਮੰਦਭਾਗੀ। ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਿਆਸਤ ਕਹਿੰਦੀ ਹੈ ਸਮਾਜਿਕ ਤਾਣਾ ਬਾਣਾ ਵਿਗੜ ਰਿਹਾ ਹੈਗਾ, ਅਤੇ ਸਮਾਜ ਕਹਿੰਦਾ ਹੈਗਾ ਸਿਆਸਤ ਜੋ ਸਾਨੂੰ ਦਿੰਦੀ ਹੈ ਅਸੀਂ ਉਸ ਨੂੰ ਅਪਣਾ ਰਹੇ ਹਾਂ ਕਿਆ, ਹੁਣ ਕੌਣ ਕਿਸ ਨੂੰ ਅਪਣਾ ਰਿਹਾ ਹੈਗਾ? ਪਰ ਇਹ ਸਭ ਦੇ ਵਿਚਾਲੇ ਅੱਗ ਬਲਦੀ ਪਈ ਆ ਪੰਜਾਬ ਦੇ ਵਿੱਚ, ਅਤੇ ਅੱਜ ਸਾਨੂੰ ਸੋਚਣਾ ਪਵੇਗਾ ਜੇ ਅੱਗ ਬਲਦੀ ਪਈ ਆ ਤਾਂ ਇਸ ਭਾਂਬੜ ਦੇ ਵਿੱਚ ਸਾਰੇ ਪੰਜਾਬੀ ਆਉਣ ਕੇ ਅਸੀਂ ਤੁਸੀਂ ਸਭ ਆਵਾਂਗੇ, ਜੇ ਅੱਜ ਨਾ ਵਿਚਾਰ ਕੀਤਾ, ਨਾ ਚਿੰਤਨ ਕੀਤਾ ਤਾਂ ਕੱਲ੍ਹ ਨੂੰ ਧੋਖੇ ਵਿੱਚ ਰਹਿ ਜਾਓਗੇ, ਹਥਿਆਰਾਂ ਦੇ ਲਾਇਸੈਂਸ ਲੈ ਕੇ ਕੁਛ ਨਹੀਂ ਬਣਨਾ ਗਾ। ਜਿਹੜੀ ਅਸਲ ਸਾਡੀ ਕੁੰਜੀ ਹੈਗੀ ਆ, ਵਿਰਸੇ ਦੀ ਕੁੰਜੀ ਹੈਗੀ, ਉਸ ਨੂੰ ਸਾਂਭ ਲਓ, ਜਵਾਨੀ ਨੂੰ ਸਾਂਭ ਲਓ, ਨਹੀਂ ਤਾਂ ਇਹ ਪੰਜਾਬ ਜਿਹੜਾ ਪੰਜ ਪਾਣੀ ਵਾਲਾ ਪੰਜਾਬ ਹੈਗਾ, ਇਸ ਦਾ ਖੂਨ ਹੈ ਜਿਹੜਾ ਉਹ ਪਾਣੀ ਵਰਗਾ ਹੀ ਹੋ ਗਿਆ ਹੈਗਾ, ਸਭ ਕੁਛ ਮਿਲਾਵਟ ਵਾਲਾ ਮਿਲ ਰਿਹਾ ਹੈਗਾ, ਅਤੇ ਮਿਲਾਵਟ ਸਾਡੇ ਵਿੱਚ ਵੀ ਆ ਕੀ ਹੈ, ਜਿਹੜੇ ਅਸੀਂ ਇੱਥੇ ਬੈਠ ਕੇ ਬੋਲਦੇ ਹੈਗੇ ਹਾਂ, ਸਾਡੇ ਵਿੱਚ ਵੀ ਮਿਲਾਵਟ ਹੈਗੀ ਆ, ਸਾਡੇ ਵਿੱਚ ਜਿਹੜੀ ਮਿਲਾਵਟ ਹੈਗੀ ਆ ਉਹਨੂੰ ਤੁਸੀਂ ਧਿਆਨ ਨਾਲ ਦੇਖਿਆ ਕਰੋ। ਜਿਹੜੇ ਮਿਲਾਵਟਖੋਰ ਤੁਹਾਨੂੰ ਦਿਖਾਉਂਦੇ ਹੈਗੇ ਆ ਕਿ ਇਸ ਗਾਇਕ ਨੇ ਉਹ ਕਰਤਾ, ਉਸ ਨੇ ਉਹ ਕਰਤਾ, ਉਹ ਤੁਹਾਨੂੰ ਕਿਹੜੇ ਪਾਸੇ ਵੱਲ ਲਿਜਾ ਰਹੇ ਹੈਗੇ ਆ, ਅਸਲ ਵਿੱਚ ਤੁਹਾਡੇ ਜਿਹੜੇ ਮਸਲੇ ਹੈਗੇ ਆ ਉਹਨਾਂ ਦਾ ਜ਼ਿਕਰ ਕੋਈ ਨਹੀਂ ਕਰਦਾ ਪਿਆ। ਬ੍ਰੇਕ ਤੋਂ ਵਾਪਸ ਆ ਕੇ ਤੁਹਾਡੇ ਮਸਲਿਆਂ ਦਾ ਜ਼ਿਕਰ ਕਰ ਰਿਹਾ ਮੈਂ। ਵੱਡਾ ਸਵਾਲ ਇੱਕੋ ਹੀ ਪੁੱਛ ਰਿਹਾ ਇਸ ਡਿਬੇਟ ਦੇ ਵਿੱਚ, ਐਗਰੀਕਲਚਰ ਵਾਲੇ ਪੰਜਾਬੀ ਗਨ ਕਲਚਰ ਵੱਲ ਕਿਉਂ ਵੱਧ ਰਹੇ ਹੈਗੇ? ਮਾਲੀ ਸਾਹਿਬ, ਜਿਹੜੇ ਹੱਥਾਂ ਵਿੱਚ ਕਲਮ ਹੋਣੀ ਚਾਹੀਦੀ ਸੀ ਉਹਨਾਂ ਹੱਥਾਂ ਦੇ ਵਿੱਚ ਬੰਦੂਕ ਫੜਾਈ ਜਾ ਰਹੀ ਹੈਗੀ ਹੈ। ਇਹ ਬੰਦੂਕ ਫੜਾ ਕੇ ਜੇ ਸ਼ੂਟਰ ਤਿਆਰ ਕੀਤੇ ਜਾਂਦੇ ਤਾਂ ਚੰਗਾ ਲੱਗਦਾ, ਪੰਜਾਬ ਦੇ ਵਿੱਚੋਂ ਸ਼ੂਟਰ ਵੀ ਬਹੁਤ ਬਿਹਤਰੀਨ ਹੋਏ ਆ, ਉਹਨਾਂ ਤੋਂ ਸਿੱਖਿਆ ਜਾਂਦਾ ਤਾਂ ਜ਼ਿਆਦਾ ਬਿਹਤਰ ਹੁੰਦਾ, ਪਰ ਜਿਹੜਾ ਕੋਈ ਸਾਡਾ ਵਰਕ ਸਿੱਖ ਰਿਹਾ ਹੈਗਾ ਉਹ ਸਾਡੇ ਲਈ ਇੰਨਾ ਚਿੰਤਾ ਦਾ ਵਿਸ਼ਾ ਕਿਉਂ ਨਹੀਂ ਬਣਦਾ ਪਿਆ ਹੈਗਾ? ਮਿਸਟਰ ਕਲੇਰ ਨੇ ਅਤੇ ਚਹਿਲ ਸਾਹਿਬ ਨੇ ਇੱਕ ਸਵਾਲ ਚੁੱਕਿਆ ਹੈਗਾ ਕਿ ਜਿਹੜਾ ਸਾਡਾ ਮੀਡੀਆ ਜਾਂ ਸਾਡਾ ਜਿਹੜਾ ਸੋਸ਼ਲ ਮੀਡੀਆ ਹੈਗਾ ਇਸ ਦੇ ਉੱਤੇ ਜੋ ਭਰੋਸਾ ਜਾ ਰਿਹਾ ਸਮਾਜ ਉਹ ਸਿੱਖ ਰਿਹਾ ਹੈਗਾ, ਇਕੱਲੇ ਸਿਆਸਤਦਾਨ ਦੋਸ਼ੀ ਨਹੀਂ ਹੈਗੇ? ਮਾਲੀ ਸਾਹਿਬ, ਦੇਖੋ ਸਮਾਜ ਦੇ ਲਈ ਰੋਲ ਮਾਡਲ ਕੌਣ ਹੋਵੇ ਮੈਨੂੰ ਇਹ ਦੱਸੋ, ਕੀ ਸਿਆਸਤਦਾਨ ਰੋਲ ਮਾਡਲ ਨਹੀਂ ਬਣਨਾ ਚਾਹੀਦਾ? ਕੀ ਧਾਰਮਿਕ ਆਗੂ ਰੋਲ ਮਾਡਲ ਨਹੀਂ ਬਣਨੇ ਚਾਹੀਦੇ? ਸਾਨੂੰ ਨਹੀਂ ਪਤਾ ਵੀ ਧਰਮ ਦੇ ਵਿੱਚ ਜੇ ਕੋਈ ਵਖਰੇਵਾਂ ਆਇਆ ਤਾਂ ਕਿਵੇਂ ਸ਼ਬੀਲ ਲੱਗੀ ਅਤੇ ਕਿਵੇਂ ਬੰਦੇ ਮਾਰੇ ਗਏ ਅਤੇ ਕਿਵੇਂ ਉਹ ਬੰਦਿਆਂ ਨੂੰ ਕਿਹੜੀ ਸਰਕਾਰ ਨੇ ਪ੍ਰੋਟੈਕਟ ਕੀਤਾ ਜੀ? ਜਦੋਂ ਸ਼ਰੇਆਮ ਕਿਹਾ ਜਾ ਰਿਹਾ, ਲੋਕ ਐਲਾਨ ਕਰ ਰਹੇ ਨੇ, ਧਾਰਮਿਕ ਮਾਮਲਿਆਂ 'ਚ ਵੀ ਹਿੰਸਾ, ਹਿੰਸਕ ਪ੍ਰਵਿਰਤੀ ਆ ਜਿਹੜੀ ਬਹੁਤ ਵੱਡੇ ਪੱਧਰ 'ਤੇ ਫੈਲ ਰਹੀ ਆ, ਧੜੇਬਾਜ਼ੀ ਆ ਪਿੰਡਾਂ ਦੇ ਵਿੱਚ, ਧੜੇਬਾਜ਼ੀ ਕ੍ਰੀਏਟ ਕਿਹਨੇ ਕੀਤੀ ਜੀ? ਸਰਪੰਚਾਂ ਦੀ ਚੋਣ ਆ ਜਿਹੜੀ ਲੋਕ ਅਖਬਾਰਾਂ 'ਚ ਲਿਖ ਲਿਖ ਮਰ ਗਏ ਵੀ ਸਿਆਸੀ ਪਾਰਟੀਆਂ ਨੂੰ ਦਖਲ ਨਹੀਂ ਦੇਣਾ ਚਾਹੀਦਾ ਸਰਪੰਚੀ ਦੀ ਚੋਣ 'ਚ, ਪਿੰਡ ਦੇ ਲੋਕ ਆਪਦੇ ਵਿੱਚੋਂ ਆਪਦੇ ਸਰਪੰਚੀ ਦੀ ਚੋਣ ਕਰਨ, ਆਪਸੀ ਭਾਈਚਾਰੇ ਨਾਲ ਕਰਨ, ਚਾਹੇ ਸਰਬਸੰਮਤੀ ਨਾਲ ਕਰਨ, ਵੋਟਾਂ ਪੈਣੀਆਂ ਉਸ ਤਰ੍ਹਾਂ ਕਰਨ? ਇਹ ਕਿਉਂ ਹੋ ਗਿਆ ਵੀ ਇੱਕ ਸਰਕਾਰ ਆਉਂਦੀ ਆ ਬਾਕੀ ਸਾਰਿਆਂ ਦੇ ਪਰਚੇ ਰੱਦ, ਸਰਪੰਚ ਉਹ ਬਣਦੇ ਨੇ, ਦੂਜੀ ਆਉਂਦੀ ਆ ਦੂਜਿਆਂ ਦੇ ਪਰਚੇ ਰੱਦ, ਸਰਪੰਚ ਉਹ ਆਉਂਦੇ ਨੇ? ਫਿਰ ਲੰਬੀ ਹਲਕਾ ਜ਼ਿਕਰ ਹੋ ਗਿਆ, ਲੰਬੀ ਹਲਕੇ 'ਚ ਸਭ ਤੋਂ ਵੱਧ ਪਿੰਡਾਂ ਨੂੰ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਅਤੇ ਇਹ ਕਹਿ ਕੇ ਦਿੱਤੀਆਂ ਗਈਆਂ ਨੇ, ਮੁੱਖ ਜਿਹੜਾ ਸਰਕਾਰ ਦਾ ਮੁੱਖ ਉਹ ਕਹਿੰਦਾ ਸਰਪੰਚ ਸਾਹਿਬ ਮਾੜਾ ਮੋਟਾ ਪਿੰਡ ਲਈ ਵੀ ਲਾ ਦਿਓ, ਅਤੇ ਮੁੜ ਕੇ ਨਵਾਂ ਹੀ ਸਰਕਾਰ ਆਈ ਆ ਕਾਂਗਰਸ ਦੀ, ਲੰਬੀ ਹਲਕੇ ਦੀ ਜਾਂਚ ਕਰਾਈ ਵੀ ਜਿਹੜੇ ਪਿੰਡਾਂ ਨੂੰ 1 ਕਰੋੜ ਤੋਂ ਵੱਧ ਗ੍ਰਾਂਟ ਦਿੱਤੀ ਗਈ ਆ ਉਹਦੀ ਜਾਂਚ ਕਰੋ, ਹਿਸਕ। ਮੈਂ ਸਵਾਲ ਕੀਤਾ ਵੱਡੀ ਪੱਧਰ 'ਤੇ ਕਿਸੇ ਬਹੁਤ ਸੀਨੀਅਰ ਬੰਦੇ ਨੂੰ, ਕਹਿੰਦੇ ਕਰੀਏ ਕਿ ਸਾਰੀ ਖਾਣ ਵਾਲੇ ਨੇ, ਪੰਚਾਇਤ ਸਕੱਤਰ ਵੀ ਖਾਣ ਵਾਲਾ, ਜਾਂਚ ਕਰਨ ਵਾਲੇ ਵੀ ਖਾਣ ਵਾਲੇ ਨੇ, ਸਾਰਾ ਪਿੰਡ ਰੋ ਰਿਹਾ ਵੀ 3 ਕਰੋੜ ਸਾਡੇ ਗਿਆ ਕਿੱਥੇ? ਤੁਸੀਂ ਲੰਬੀ ਹਲਕੇ ਨੂੰ ਇਸ ਹੱਦ ਤੱਕ ਕਰਪਟ ਕੀਤਾ ਕਿ ਉੱਥੇ ਹੁਣ ਪੰਚਾਇਤਾਂ ਨੇ ਕਿਉਂ ਹੁੰਦੀ? ਮੈਂ ਤਾਂ ਉਹੀ ਗੱਲ ਕਹਿ ਰਿਹਾ ਨਾ ਮਾਲੀ ਸਾਹਿਬ, ਮੈਂ ਇੱਕੋ ਇਹੀ ਗੱਲ ਕਹੀ ਆ, ਜਿਹੜੀ ਲਕੀਰ ਪਹਿਲਾਂ ਖਿੱਚੀ ਗਈ ਸੀ ਉਸ ਨੂੰ ਲੰਬੀ ਕੀਤਾ ਗਿਆ? ਨਹੀਂ, ਇਹ ਕਹਿੰਦੇ ਲੋਕ ਦੋਸ਼ੀ ਨੇ, ਮੈਂ ਇਹ ਕਹਿੰਦਾ
PWD ਰਾਹੀਂ ਕਿਉਂ ਹੋ ਰਹੇ ਨੇ ਮੈਨੂੰ ਤੁਸੀਂ ਇਹ ਦੱਸੋ। ਪਿੰਡਾਂ ਨੂੰ ਇੰਨੀਆਂ ਗਰੰਟੀਆਂ ਗਈਆਂ ਨੇ, ਪਹਿਲਾਂ ਗਰੰਟੀਆਂ ਗਈਆਂ ਨੇ, ਕਿਤੇ ਜਾਂਚ ਹੈ? ਜਦੋਂ ਤੁਸੀਂ ਸਰਪੰਚ ਇੱਕ ਕਰਪਸ਼ਨ ਦਾ ਅੱਡਾ ਬਣਾਤਾ, ਫਿਰ ਸਰਪੰਚ ਆ ਜਿਹੜਾ ਅਗਲਾ ਕਹਿੰਦਾ 30 ਲੱਖ ਮੈਂ ਲਾਊਂ ਚੋਣ 'ਤੇ ਕਮਾਊਂ ਕਰੋੜ। ਇਹ ਲੋਕਾਂ ਦੀ ਸਮਾਜ ਨੇ ਕੀਤਾ, ਲੋਕ ਰਜਿਸਟ ਕਰਦੇ ਨੇ, ਸਿਆਸਤਦਾਨ ਆ ਜਿਹੜੇ ਉਹਨਾਂ ਨੇ ਲੋਕਾਂ ਨੂੰ ਇਹ ਚਾਟ 'ਤੇ ਲਾਇਆ, ਰਾਹ ਪਾਇਆ। ਦੂਜਾ ਮੈਂ ਕਹਿੰਦਾ ਗਾਉਂਡਰ ਨੇ ਜੀ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਮੇਰਾ ਬੇਟਾ ਇੱਥੇ ਇੰਜੀਨੀਅਰਿੰਗ ਕਾਲਜ 'ਚ ਪੜ੍ਹਦਾ ਸੀ, ਟੰਗੋਰੀ ਰੈਗਿੰਗ ਦਾ ਮਸਲਾ ਆਇਆ, ਸੀਨੀਅਰ ਜਿਹੜੇ ਕਲਾਸ ਵਾਲੇ ਸੀ ਉਹ ਰੈਗਿੰਗ ਕਰਨ ਲੱਗ ਗਏ, ਇਹ ਮੁੰਡੇ ਤਕੜੇ ਸੀ, ਇਹ ਵਾਧੂ ਰਹੇ ਉਹਨਾਂ ਦੀ ਖਿੱਚ ਧੂ ਦੇ ਵਿੱਚ, ਉੱਥੇ ਜਿਹੜੇ ਬੰਦੇ ਫਸ ਗਏ। ਅਤੇ ਉਸ ਵੇਲੇ ਮੈਂ ਭਾਰਤਿੰਦਰ ਚਾਹਲ ਦੇ ਨਾਲ ਐਜ ਏ PRO ਡਿਊਟੀ ਨਿਭਾਉਂਦਾ ਸੀ, ਅਤੇ ਕਾਂਗਰਸ ਦੇ ਸਕੱਤਰ ਨੇ ਜ਼ੋਰ ਲਾਇਆ ਵੀ ਸਮਝੌਤਾ ਕਰੋ। ਮੈਂ ਜੀ ਕਿਉਂ ਸਮਝੌਤਾ ਕਰੀਏ, ਕਾਨੂੰਨ ਦੇ ਮੁਤਾਬਕ ਸਜ਼ਾ ਦਿਓ। ਮਾਲੀ ਸਾਹਿਬ ਇਹ ਸਾਡੇ ਕੰਮ ਆਉਂਦੇ ਹੁੰਦੇ ਆ ਜੀ, ਇਹਨਾਂ ਨੂੰ ਅਸੀਂ ਵਰਤਣਾ ਵੀ ਹੁੰਦਾ, ਸਾਡੇ ਬਹੁਤ ਥਾਵਾਂ 'ਤੇ ਆਉਂਦੇ ਹੁੰਦੇ ਆ। ਦੋ ਬੰਦਿਆਂ ਨੇ ਕਿਤਾਬਾਂ ਲਿਖੀਆਂ ਨੌਜਵਾਨਾਂ ਨੇ, ਮੰਗਾ ਸਿੰਘ ਅਟਾਲ ਨੇ ਲਿਖੀ ਆ ਸ਼ਰਾਰਤੀ ਤੱਤ, ਡਾਕੂਆਂ ਦਾ ਮੁੰਡਾ ਲਿਖੀ ਆ ਆਪਣੇ ਗੁਰੂ ਸਰੀਏ ਮਿੰਟੂ ਨੇ, ਉਹਨਾਂ ਨੇ ਦੱਸਿਆ ਵੀ ਕਿਵੇਂ ਨਜਾਇਜ਼ ਕਬਜ਼ੇ ਕਰਾਉਂਦੇ ਆ, ਕਿਵੇਂ ਦੁਕਾਨਾਂ ਛਡਾਉਂਦੇ ਆ, ਸਿਆਸਤਦਾਨ ਕਿਵੇਂ ਕਰਦੇ ਆ। ਉਦਾਹਰਨ ਤੁਸੀਂ ਉਹਦੀ ਸਾਰੇ ਕਿਉਂਕਿ ਮਿੰਟੂ ਆਪ ਵੀ ਰਿਹਾ ਨਾ, ਸਾਨੂੰ ਪ੍ਰੋਟੈਕਟ ਕਿਵੇਂ ਕਰਦੇ ਨੇ, ਕਿਵੇਂ ਅਸੀਂ ਸਾਰਾ ਕੁਝ ਸਿਆਸਤਦਾਨ ਕਰਦੇ ਆ, ਸਾਰਾ ਕੁਝ ਤੁਹਾਨੂੰ ਲੱਗਦਾ ਕਿ ਪਾੜੇ ਦੀ ਵਜ੍ਹਾ ਕਰਕੇ ਹੋਇਆ, ਅੱਜ ਸਿਆਸਤਦਾਨ ਇਹ ਕਹਿ ਰਹੇ ਨੇ ਵੀ ਲੋਕ ਖਰਚੇ ਤੋਂ ਸਿਆਸਤਦਾਨਾਂ ਕੋਲ ਗੈਸਟ ਕੰਟਰੋਲ ਐਕਟ ਨਹੀਂ ਜੀ, ਕਿ ਜਦੋਂ ਕਾਨੂੰਨ ਦਾ ਡੰਡਾ ਕਿਤੇ ਚੱਲਦਾ, ਸਿਆਸਤਦਾਨਾਂ ਦੇ ਆਪਦੇ ਜਵਾਕ ਦੇ ਜੇ 11-11 ਫੰਕਸ਼ਨ ਹੋਣਗੇ, ਜੇ ਉੱਥੇ ਉਹ ਸਾਰੇ ਗੰਦੇ ਗੀਤ ਲੱਗਣਗੇ ਜਿਹਨਾਂ ਨੂੰ ਕਹਿੰਦੇ ਆ ਵੀ ਇਹ ਗੀਤਾਂ ਨੇ ਵਿਗਾੜਤਾ ਜੀ, ਜੇ ਸਿਆਸਤਦਾਨਾਂ ਦੇ ਹਰ ਇੱਕ ਪ੍ਰੋਗਰਾਮ ਦੇ ਵਿੱਚ ਉਹੀ ਗੀਤ ਵੱਜਣਗੇ ਗੰਦੇ ਤੋਂ ਗੰਦੇ, ਉਹਦੇ ਵਿੱਚ ਸਾਰੇ ਨੱਚਣਗੇ, ਅਤੇ ਕੌਣ ਦੋਸ਼ੀ ਕੌਣ ਹੋਇਆ ਜੀ ਫਿਰ ਮੈਨੂੰ ਇਹ ਦੱਸੋ, ਲੋਕ ਕਿਵੇਂ ਦੋਸ਼ੀ ਹੋ ਗਏ ਇਹਦੇ ਵਿੱਚ? ਤੁਸੀਂ ਕੋਈ ਇੱਕ ਹਥਿਆਰਾਂ ਵਾਲੇ ਗਾਣਿਆਂ ਕਰਕੇ ਇਹ ਸਭ ਹਿੰਸਾ ਦਾ ਵੀ ਰੋਲ ਹੈ, ਇਹਦਾ ਰੋਲ ਹੈ। ਜਦੋਂ ਤੁਸੀਂ ਇੱਕ ਗਾਣਾ, ਮੈਂ ਕਹਿੰਦਾ ਮੰਤਰੀ ਆ ਉਹਦੇ ਮੁੰਡੇ ਦੇ ਵਿਆਹ 'ਚ ਗਾਣਾ ਵੱਜ ਰਿਹਾ, ਜਿੱਥੇ ਹੁੰਦੀ ਹੈ ਪਾਬੰਦੀ ਹਥਿਆਰ ਦੀ ਉੱਥੇ ਜੱਟ ਫਾਇਰ ਕਰਦਾ, ਤੁਸੀਂ ਚੱਕੋ ਵੀਡੀਓ ਸਾਰੇ ਸਿਆਸਤਦਾਨਾਂ ਦੀਆਂ ਅਤੇ ਲੋਕਾਂ ਨੂੰ ਕੀ ਸੰਦੇਹਾ ਜਾਂਦਾ ਜੀ? ਸੋ ਇਸ ਕਰਕੇ ਲੈਨਨ ਨੇ ਵੀ ਕਿਹਾ ਤੁਸੀਂ ਮੈਨੂੰ ਆਪਦੇ ਗੀਤ ਦੇ ਦਿਓ, ਮੈਂ ਦੱਸ ਦੂੰ ਗੀਤ ਦੇਖ ਕੇ ਦੱਸ ਦੂੰ ਵੀ ਤੁਹਾਡਾ ਸਮਾਜ ਅਤੇ ਨੌਜਵਾਨ ਕਿਹੋ ਜਿਹੇ ਨੇ। ਬਹੁਤ ਅਹਿਮ ਗੱਲ ਹੈ, ਇਹ ਬਹੁਤ ਵੱਡੀ ਗੱਲ ਲੈਂਦੀ ਹੈ, ਬਹੁਤ ਸਹੀ ਵੀ ਹੈ ਕਿ ਜਦੋਂ ਕਿਸੇ ਸਮਾਜ ਦਾ ਚਿਹਰਾ ਮੋਹਰਾ ਦੇਖਣਾ ਹੋਵੇ ਤਾਂ ਉਸ ਦੌਰ ਦੀਆਂ ਫਿਲਮਾਂ ਅਤੇ ਗਾਣੇ ਸੁਣ ਲਓ, ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਉਹ ਸਮਾਜ ਕਿਹੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਸੀਗਾ। ਗਰਗ ਸਾਹਿਬ, ਸਵਾਲ ਇਹ ਹੈਗਾ ਜਿਹੜਾ ਇੱਕ ਸਾਦਗੀ ਵਾਲਾ ਸਵਾਲ ਚੁੱਕਿਆ ਗਿਆ ਹੈਗਾ ਕਿ ਸਾਦਗੀ ਵਿੱਚ ਸਭ ਕੁਝ ਹੋਣਾ ਚਾਹੀਦਾ, ਵੈਸੇ ਸਵਾਲ ਇਸ ਮੰਚ 'ਤੇ ਚੁੱਕਣਾ ਉਨਾ ਵਾਜਬ ਨਹੀਂ ਲੱਗਦਾ ਪਿਆ, ਪਰ ਵਾਜਬ ਹੋ ਗਿਆ ਕਿਉਂਕਿ ਜਦੋਂ ਅਰਦਾਸ ਦੇ ਦੌਰਾਨ ਨਗਰ ਕੀਰਤਨ ਦੌਰਾਨ ਹਵਾਈ ਫਾਇਰ ਕੀਤੇ ਜਾਂਦੇ ਹੈਗੇ ਆ, ਅਤੇ ਉਸ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦਾ ਇੱਕ ਬਿਆਨ ਆਉਂਦਾ ਕੁਝ ਦਿਨ ਪਹਿਲਾਂ ਕਿ ਸਾਦਗੀ ਨਾਲ ਜਿਹੜੇ ਸਾਨੂੰ ਸਮਾਗਮ ਕਰਨੇ ਚਾਹੀਦੇ, ਵਿਆਹ ਕਰਨੇ ਚਾਹੀਦੇ ਆ, ਪਰ ਉਹਨਾਂ ਦੇ ਨਾਲ ਸਵਾਲ ਇਹ ਵੀ ਜੁੜ ਚੁੱਕਿਆ ਹੈਗਾ ਕਿ ਜਦੋਂ ਕਰੋੜਾਂ 'ਤੇ ਸਟੇਜਾਂ ਸਜਾਈਆਂ ਜਾਂਦੀਆਂ ਹੈਗੀਆਂ, ਉਦੋਂ ਸਾਦਗੀ ਵਾਲੀ ਗੱਲ ਕਿਉਂ ਨਹੀਂ ਕੀਤੀ ਜਾਂਦੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਜਿਹੜੀ ਮੈਂ ਕਹੀ ਕਿ ਵੀ ਜਦ ਤੁਸੀਂ ਧਾਰਮਿਕ ਸਥਾਨਾਂ ਦੇ ਉੱਤੇ ਵੀ ਨਸ਼ਿਆਂ ਦੀ ਗੱਲ, ਗੁਰੂ ਗ੍ਰੰਥ ਸਾਹਿਬ 'ਚ ਤਾਂ ਲਿਖਿਆ ਜਿਤ ਪੀਤੇ ਮੱਤ ਦੂਰ ਹੋਏ ਬਰਲ ਪਵੇ ਵਿੱਚ ਆਏ, ਐਸਾ ਆਪਾ ਪਰਕਾ ਨਾ ਪਛਾਣੀ ਖਸਮੋ ਤੱਕੇ ਖਾਏ, ਐਸਾ ਮਦਮੂਰ ਨਾ ਪੀਚੀ ਜੇ ਕਾ ਪਾਰ ਵਸਾਏ, ਅਤੇ ਪਰ ਪੀਂਦੇ ਨੇ, ਸਭ ਨੂੰ ਪਤਾ ਪੀਂਦੇ ਨੇ। ਈਵਨ ਮੈਂ ਮੇਰੇ ਕੋਲ ਹਸਪਤਾਲ 'ਚ ਆਉਂਦੇ ਰਹੇ ਨੇ ਜਿਹੜੇ ਇੱਕ ਪਾਸੇ ਕੀਰਤਨ ਕਰਕੇ ਨਾ, ਇੱਕ ਪਾਸੇ ਉੱਥੇ ਸੜਕ ਦੇ ਡਿਟੇ ਲੋਕ ਚੁੱਕ ਕੇ ਲਿਆਏ ਨੇ। ਸੋ ਇਹ ਨਹੀਂ ਹੈ, ਇਸ਼ੂ ਕੀ ਹੈ? ਚਲੋ ਆਪਾਂ ਸਾਰਿਆਂ ਨੂੰ ਤਾਂ ਨਹੀਂ ਇੱਕੋ ਕੈਟਾਗਰੀ 'ਚ ਰੱਖਦੇ, ਮੈਂ ਇਹੀ ਕਹਿਣਾ, ਮੈਂ ਇਸੇ ਗੱਲ 'ਤੇ ਆ ਰਿਹਾ, ਮੈਂ ਸਾਰਿਆਂ ਨੂੰ ਕਿਸੇ ਨੂੰ ਵੀ ਨਹੀਂ ਕਹਿੰਦਾ, ਸਾਰੀ ਕੈਟਾਗਰੀ ਕੋਈ ਵੀ ਮਾੜੀ ਨਹੀਂ ਹੁੰਦੀ, ਕੋਈ ਵੀ ਚੰਗੀ ਨਹੀਂ ਹੁੰਦੀ। ਹੁਣ ਇੱਥੇ ਗੱਲ ਹੋਈ ਹੈ ਜਿਹੜੀ 2-2 ਏਕੜ ਵਾਲੇ ਨੂੰ ਲਿਮਿਟਾਂ ਵੱਡੀਆਂ ਬਣਾਈਆਂ ਬੈਂਕਾਂ ਦੀਆਂ, ਉਹਨੇ ਆਪ ਬਣਾ ਲਈਆਂ, ਕਾਨੂੰਨ ਹੈ ਨਾ ਕੋਈ? ਤੁਸੀਂ ਫੈਸਲਾ ਕਰ ਲਿਆ ਵੀ ਇਹ ਟਰੈਕਟਰ ਖਰੀਦਣਗੇ, ਇਹ ਸਮਾਨ ਖਰੀਦਣਗੇ, ਛੱਡੋ ਤੁਸੀਂ ਸਾਰਿਆਂ ਦੀ ਗੱਲ ਵੀ ਇੱਦਾਂ ਖਰਚੇ ਕਰਨਗੇ ਤਾਂ ਕਿ ਜ਼ਮੀਨ ਇਹਦੀ ਸਾਡੇ ਕਬਜ਼ੇ 'ਚ ਆਵੇ। ਉਹ ਲਿਮਿਟ ਕਿਹਨੇ ਬਣਾਈ? ਜਿਹੜਾ ਕਰਜ਼ਾ ਮੋੜ ਨਹੀਂ ਸਕਦਾ, ਜਿਹਦੀ ਉਨੀ ਆਮਦਨ ਨਹੀਂ ਹੈ, ਉਹਨੂੰ ਇੰਨੀ ਲਿਮਿਟ ਬਣਾ ਕੇ ਕਰਜ਼ਾ ਦਿੱਤਾ ਕਿਹਨੇ? ਮੈਂ, ਮੇਰੇ ਪੁਰਾਣੇ ਪਰਿਵਾਰ ਬਾਪ ਦਾਦੇ ਕਰਜ਼ੇ ਦਿੰਦੇ ਰਹੇ ਨੇ ਲੋਕਾਂ ਨੂੰ, ਸਾਨੂੰ ਪਤਾ ਵੀ ਲੋਕਾਂ ਦੀ ਜ਼ਮੀਨ ਕਿਵੇਂ ਫਿਰ ਉਹ ਹਥਿਆਉਂਦੇ ਸੀਗੇ ਜਿਹੜੇ ਵੀ ਗਾਹਾਂ ਦੀ ਗਾਹਾਂ ਪੀੜ੍ਹੀਆਂ। ਇਹ ਜਿਹੜੀ ਜ਼ਮੀਨ ਹਥਿਆਉਣ ਦਾ ਤਰੀਕਾ ਹੈ, ਇਹ ਅੱਜ ਸਰਕਾਰ ਨੇ ਕਰਨਾ ਵੀ ਬੈਂਕਾਂ ਦੇ ਕਰਜ਼ਾ ਦੇਣਾ, ਕਬਜ਼ਾ ਲੈਣ ਦੀ ਗੱਲ ਪਹਿਲਾ ਕਦਮ ਹੈ। ਦੂਜਾ ਇਹਨਾਂ ਨੇ ਕਿਹਾ ਐਂ ਖਰਚੇ ਕਰਦੇ ਨੇ, ਇਹ ਸ਼ਾਇਦ ਬਾਹਰ ਨਹੀਂ ਨਿਕਲੇ ਕਰੇ। ਮੈਂ ਮੋਗੇ ਦੇ ਵਿੱਚ, ਜਿਹੜੀ ਤੁਸੀਂ ਪਿੰਡ ਬਚਾਓ ਦੀ ਗੱਲ ਕਰੀ ਹੈ, ਮੋਗੇ 'ਚ, ਬਠਿੰਡੇ 'ਚ, ਮਾਨਸਾ 'ਚ, ਬਰਨਾਲੇ 'ਚ, ਸੰਗਰੂਰ 'ਚ, ਪਟਿਆਲੇ 'ਚ ਅਸੀਂ ਜਿਹੜੇ ਸੁਈਸਾਈਡ ਵਿਕਟਮ ਪਰਿਵਾਰ ਨੇ ਉਹਨਾਂ ਦੀਆਂ ਕਾਨਫਰੰਸਾਂ ਕਰੀਆਂ ਨੇ। ਸਾਡੇ ਸਾਹਮਣੇ ਸਿਰਫ ਇੱਕ ਕਿਸਾਨ ਨਿਕਲਿਆ ਜਿਹਦੇ 11 ਲੱਖ ਦਾ ਕਰਜ਼ਾ ਸੀ, ਬਾਕੀ ਕਿਤੇ 5 ਲੱਖ ਦਾ, ਕਿਤੇ 7 ਲੱਖ ਦਾ, ਕਿਤੇ 3 ਲੱਖ ਦਾ, ਕਿ ਇਹਦਾ ਬੋਰ ਬਹਿ ਗਿਆ, ਬੋਰ ਦੁਬਾਰਾ ਲਾਉਣ ਲੱਗੇ ਫਿਰ ਬਹਿ ਗਿਆ, ਮੁੰਡੇ ਦਾ ਪੱਟ ਟੁੱਟ ਗਿਆ, 3 ਲੱਖ ਰੁਪਇਆ ਪੱਟ 'ਤੇ ਲੱਗ ਗਿਆ ਟੁੱਟੇ ਦੇ, ਕਿਤੇ ਇਲਾਜ ਕਰਾਉਣ 'ਤੇ ਪੈਸੇ ਲੱਗ ਗਏ, ਜਿਹੜੇ ਮਜ਼ਦੂਰ ਨੇ ਉਹਨਾਂ ਕਨੀ 50,000 ਤੋਂ ਲੈ ਕੇ 2 ਲੱਖ ਤੱਕ ਦਾ ਕਰਜ਼ਾ, ਇਹ ਗੱਲਾਂ ਕਰਦੇ ਨੇ। ਇਹਨਾਂ 'ਚ ਇੱਕ ਸਿਆਸਤਦਾਨ ਦਿਖਾ ਦਿਓ
जिहदे बच्चे दे विआह ते जां जन्मदिन ते जां किसे विआह दी बरेगंढ दे उत्ते जां किसे मरने दे उत्ते उन्ने बंदे दा भांडे मांजण वाले दा खर्चा हो जांदा इहनां दा। ਇਹ ਗੱਲਾਂ ਮੈਨੂੰ ਸਵਾਲ ਕਰ ਮੈਨੂੰ ਬਸ ਆਪਦੀ ਪੂਰੀ ਗੱਲ ਕਰ ਦਿੰਦਾ ਮਾੜੀ ਛੋਟੀ। ਸੋ ਸਾਨੂੰ ਇਹ ਗੱਲ ਸਮਝਣੀ ਪਊਗੀ। ਅਸੀਂ ਇੱਕ ਨਾ ਇਕੱਲੇ ਸਿਆਸਤਦਾਨਾਂ ਨੂੰ ਦੋਸ਼ ਦਿੰਦੇ ਹਾਂ, ਨਾ ਅਸੀਂ ਇਕੱਲੇ ਧਾਰਮਿਕ ਲੀਡਰ ਨੂੰ ਦੋਸ਼ ਦਿੰਦੇ ਹਾਂ, ਇਹਦੇ ਵਿੱਚ ਅਸੀਂ ਪੜ੍ਹਾਉਣ ਵਾਲੇ ਵੀ ਸ਼ਾਮਲ ਹਾਂ ਕਿਉਂਕਿ ਅਸੀਂ ਵੀ ਉਹਨਾਂ ਨੂੰ ਹਰ ਵਰਗ ਸ਼ਾਮਲ ਹੈ, ਮਾਪੇ ਵੀ ਹਰ ਵਰਗ ਸ਼ਾਮਲ ਹੈ, ਪਰ ਜ਼ਿੰਮੇਵਾਰੀ ਮੇਜਰ ਹੁੰਦੀ ਹੈ ਇੱਕ ਦੀ। ਅਸੀਂ ਕਹਿੰਦੇ ਹਾਂ ਵੀ ਜਦ ਅਸੀਂ ਬਿਮਾਰੀ ਦੇਖਦੇ ਹਾਂ ਕਈ ਗੱਲਾਂ ਹੁੰਦੀਆਂ ਨੇ, ਬੁਖਾਰ ਵੀ ਹੈ ਖਾਂਸੀ ਵੀ ਹੈ, ਪਰ ਅਸੀਂ ਜੜ ਦੇਖਦੇ ਹਾਂ। ਇਹਦੀ ਜੜ ਜਿਹੜੀ ਹੈ ਉਹ ਅੱਜ ਸਾਡੇ ਸਿਆਸਤਦਾਨ ਨੇ, ਕਿਉਂਕਿ ਕਾਨੂੰਨ ਉਹਦੇ ਕੋਲ ਹੈ, ਉਹ ਲੋਕਾਂ ਦਾ ਚੁਣਿਆ ਹੋਇਆ, ਉਹਨੇ ਤੈਅ ਕਰਨਾ ਸੀ ਵਿਆਹ ਹੋਊਗਾ ਸਮਾਜ 'ਚ, ਉਹ ਨਹੀਂ ਹੋ ਰਿਹਾ। ਚੱਲ ਸਾਹਿਬ, ਚੱਲ ਸਾਹਿਬ, ਸਵਾਲ ਇਹ ਹੈਗਾ, ਚੱਲ ਸਾਹਿਬ ਤੁਸੀਂ ਜਿਹੜਾ ਚੁੱਕਿਆ ਸੀ ਸਵਾਲ, ਤੁਹਾਡੇ ਸਵਾਲ 'ਤੇ ਮੈਂ ਆ ਗਿਆ ਹੈਗਾ। ਸਰਕਾਰ ਦੇ ਹੱਥ, ਸਿਆਸਤ ਦੇ ਹੱਥ ਬਹੁਤ ਕੁਛ ਹੁੰਦਾ, ਕਾਨੂੰਨ ਉਹਨਾਂ ਨੇ ਬਣਾਉਣਾ ਹੈਗਾ। ਤੁਸੀਂ ਕਿੰਨੇ ਜਣਿਆਂ ਨੂੰ ਹਥਿਆਰਾਂ ਦੇ ਲਾਇਸੈਂਸ ਦੇਣੇ ਆ, ਇਸ ਬਾਰੇ ਵੀ ਸੋਚਣਾ ਪਵੇਗਾ। ਪੰਜਾਬ ਦਾ ਖਜ਼ਾਨਾ ਖਾਲੀ ਹੈ, ਤੁਸੀਂ ਕੇਂਦਰ ਸਰਕਾਰ ਕੋਲ ਜਾ ਰਹੇ ਹੋ, ਤਰਲੇ ਕੱਢਦੇ ਹੋ, ਤੁਹਾਨੂੰ ਉੱਥੋਂ ਪੈਸੇ ਨਹੀਂ ਮਿਲਦੇ ਪਏ, ਬਹੁਤ ਸਾਰੇ ਇਹੋ ਜਿਹੇ ਸਵਾਲ ਹੈਗੇ ਸਾਡੇ ਅੱਗੇ ਖੜ੍ਹੇ ਹੈਗੇ ਆ। ਕੋਈ ਇਹੋ ਜਿਹਾ ਸਿਆਸਤਦਾਨ ਹੈਗਾ ਜਿਹਨੇ ਸਾਦਗੀ ਦੀ ਮਿਸਾਲ ਪੇਸ਼ ਕੀਤੀ ਹੋਵੇ? ਮੈਂ ਤੁਹਾਨੂੰ ਇਹੀ ਤਾਂ ਗੱਲ ਪਹਿਲਾਂ ਜਦੋਂ ਡਿਬੇਟ ਆਪਣੀ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਇਹੀ ਗੱਲ ਆਖੀ ਸੀ ਕਿ ਸਾਡੀ ਤਰਾਸਗੀ ਹੈ ਇਸ ਗੱਲ ਦੀ, ਸਾਡੀ ਜਿਹੜੀ ਇੱਕ ਪੰਜਾਬ ਦੀ ਸਿਆਸਤ ਕੀ ਹਿੰਦੁਸਤਾਨ ਦੀ ਸਿਆਸਤ ਆ ਉਹਦੀ ਤਰਾਸਗੀ ਆ। ਅਸੀਂ ਇੱਕ ਦੂਜੇ 'ਤੇ ਦੋਸ਼ ਪ੍ਰਦੋਸ਼ ਲਾਉਣ ਲੱਗ ਜਾਂਦੇ ਹਾਂ, ਅਸੀਂ ਇਹ ਖੁਦ ਨਹੀਂ ਸਮਝਦੇ ਕਿ ਅਸੀਂ ਕੀ ਕਰ ਰਹੇ ਹਾਂ, ਸਾਡੀ ਨੈਤਿਕ ਡਿਊਟੀ ਕੀ ਆ। ਹੁਣ ਜਿੱਦਾਂ ਪ੍ਰੋਫੈਸਰ ਸਾਹਿਬ ਨੇ ਇਹ ਗੱਲ ਕਰ ਦਿੱਤੀ ਕਿ ਪੋਲੀਟੀਸ਼ੀਅਨਸ ਕਰਕੇ ਹੁੰਦਾ ਜੀ ਸਾਰਾ, ਠੀਕ ਆ। ਕਲੇਰ ਸਾਹਿਬ ਨੇ ਇਹ ਗੱਲ ਕਰ ਦਿੱਤੀ ਕਿ ਮੀਡੀਆ ਕਰਕੇ ਹੁੰਦਾ, ਪਰ ਗੱਲ ਸਮਝਣ ਦੀ ਲੋੜ ਹੈ ਕਿ ਸਾਨੂੰ ਇਹ ਸਾਰੇ ਵਿਸ਼ੇ ਦੇ ਵਿੱਚ ਲੋਕਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਆ, ਇੱਕ ਥਾਂ ਦੇ ਉੱਤੇ ਇੱਕ ਜਗ੍ਹਾ ਦੇ ਉੱਪਰ ਬਹਿ ਕੇ। ਹੁਣ ਜੇ ਤੁਸੀਂ ਲਾਇਸੈਂਸ ਦੀ ਗੱਲ ਕਰਦੇ ਹੋ ਫਿਰ ਉਸ ਚੀਜ਼ ਦੇ ਵਿੱਚ ਪੋਲੀਟੀਕਲ ਗੇਟ ਚੱਲ ਪੈਣਾ। ਪਿਛਲੇ 10 ਸਾਲਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੋਟਾਂ ਦੇ ਹਿਸਾਬ ਨਾਲ ਲਾਇਸੈਂਸ ਬਣਾ ਕੇ ਦਿੱਤੇ। ਉਹਨਾਂ ਨੇ ਕਹਿ ਦਿੱਤਾ ਜਥੇਦਾਰਾਂ ਨੂੰ ਵੀ ਜਿਹਦੇ ਕੋਲੇ 20 ਵੋਟਾਂ ਹੈਗੀਆਂ ਜੀ ਉਹ ਲੈ ਕੇ ਆਓ, ਬੰਦਾ ਸੀ ਉਹਦਾ ਲਾਇਸੈਂਸ ਬਣਾਉਣੇ ਆ। ਅਤੇ DC ਥੱਕ ਗਿਆ ਲਾਇਸੈਂਸ ਬਣਾ ਬਣਾ ਕੇ। ਉਦੋਂ ਬਾਅਦ ਵਿੱਚ ਕਾਂਗਰਸ ਸਰਕਾਰ ਆਈ, ਉਦੋਂ ਇਸ਼ੂਜ਼ ਹੋਏ, ਇੱਕ ਦੋ ਥਾਂ 'ਤੇ ਨਜਾਇਜ਼ ਫਾਇਰ ਹੋਏ ਜਾਂ ਅਸਲਾ ਬਰਾਮਦ ਹੋਇਆ। ਉਦੋਂ ਬਾਅਦ ਵਿੱਚ ਸਾਡਾ ਜਿਹੜਾ ਇੱਕ ਕੀ ਤੁਹਾਡਾ ਜਿਹੜਾ ਕੁੜੀ ਨੂੰ ਮਾਰ, ਹਾਂਜੀ ਕੁੜੀ ਨੂੰ ਮਾਰਤਾ, ਉਸ ਤੋਂ ਬਾਅਦ ਕਿੰਨੀਆਂ ਘਟਨਾਵਾਂ ਹੋਣ ਤੋਂ ਬਾਅਦ ਇਹ ਘੋਖ ਕਰਨ ਦੀ ਲੋੜ। ਜੇ ਤੁਹਾਨੂੰ ਇੰਨਾ ਕੁਛ ਪਤਾ, ਚੱਲ ਸਾਹਿਬ ਤੁਸੀਂ ਉਹਨਾਂ ਤੋਂ ਕੋਈ ਲਾਇਸੈਂਸ ਵਾਪਸੀ ਦਾ ਕੋਈ ਤਹੱਈਆ ਕੀਤਾ? ਲਾਇਸੈਂਸ ਵਾਪਸੀ ਦਾ ਪੜਤਾਲ ਕਰਾਈ? ਜਿਹੜਾ ਲਾਇਸੈਂਸ ਵਾਪਸੀ ਦਾ ਲੋੜ ਨਹੀਂ ਹੈਗੀ ਸੀ ਉਹਨਾਂ ਕੋਈ ਲਾਇਸੈਂਸ ਹੈਗੇ ਆ? ਮੈਂ ਤੁਹਾਨੂੰ ਦੱਸਦਾ ਜੀ ਇਹ ਸਿਸਟਮ ਹੀ ਸਾਡਾ ਇੰਨਾ ਨਿਰਗਲ ਚੁੱਕਿਆ। ਮਤਲਬ ਜੋ ਤੁਹਾਨੂੰ ਉਹਨਾਂ ਨੇ ਦਿੱਤਾ ਤੁਸੀਂ ਉਸ ਨੂੰ ਅੱਗੇ ਵਧਾ ਰਹੇ ਹੋ ਨਾ, ਰੋਕ ਨਹੀਂ ਪਾਇਆ। ਨਹੀਂ ਰੋਕਿਆ, ਮਤਲਬ ਤਾਂ ਇਹੀ ਹੈ ਨਾ। ਇੱਕ ਮੈਨੂੰ ਦੱਸੋ, ਜਿਹੜਾ ਹੁਣ ਸਾਡਾ ਲਾਇਸੈਂਸ ਦੇਣ ਤੋਂ ਪਹਿਲਾਂ ਇੱਕ ਟੈਸਟ ਕਰਨਾ, ਡੋਪ ਟੈਸਟ, ਡੋਪ ਟੈਸਟ ਕਰਦਾ, ਡੋਪ ਟੈਸਟ ਦਾ ਮਤਲਬ ਵੀ ਚੱਲ ਸਾ ਤੁਹਾਨੂੰ ਪਤਾ ਡੋਪ ਟੈਸਟ ਕਿਹੋ ਜਿਹਾ ਹੁੰਦਾ। ਮੇਰੀ ਡਾਕਟਰ ਸਾਹਿਬ ਬੈਠੇ ਫਿਰ ਉੱਥੇ ਤੁਸੀਂ ਮੈਨੂੰ ਸੁਣੋ ਮੇਰੀ ਗੱਲ, ਤੁਹਾਡੀ ਗੱਲ ਤੋਂ ਆ ਗਿਆ। ਚਲੋ ਡੋਪ ਟੈਸਟ ਦਾ ਮਤਲਬ ਹੈ ਜੋ ਕੁਝ ਕੀ ਡਾਕਟਰ ਆਪਦਾ ਫਰਜ਼ ਨੈਤਿਕਤਾ ਨਾਲ ਨਿਭਾ ਰਹੇ ਆ, ਕੀ ਸਾਰਾ ਪੰਜਾਬ ਦਾ ਜੋ ਵਰਗ ਸਰਕਾਰ ਦੇ ਨਾਲ, ਹਰੇਕ ਸਰਕਾਰ ਤੇ ਨਹੀਂ ਅਸੀਂ ਗੱਲ ਕਰ ਸਕਦੇ। ਤੁਸੀਂ ਹਰੇਕ ਜੇ ਕਿਤੇ ਕੋਈ ਘਟਨਾ ਮਾਨਸਿਕਤਾ ਨਾਲ ਕੋਈ ਬੰਦਾ ਮਾਰ ਦਿੰਦਾ ਕਿਸੇ ਨੂੰ, ਉਹਦੀ ਅਸੀਂ ਕਹਿ ਦਈਏ ਵੀ ਜੇ ਸਰਕਾਰ ਦੀ ਨਾਕਾਮਯਾਬੀ ਆ, ਇਹ ਤਾਂ ਜੀ ਸਿਸਟਮ ਦੇ ਵਿੱਚ ਖਰਾਬੀ ਹੈ। ਜਿਨ੍ਹਾਂ ਨੇ ਇਹਨਾਂ ਨੇ ਦੋ ਤਿੰਨ ਗੈਂਗਸਟਰਾਂ ਦੀਆਂ ਗੱਲਾਂ ਦੱਸੀਆਂ, ਅੱਜ ਅਸੀਂ ਹੈਗੇ, ਅਸੀਂ ਸ਼ੁਰੂ ਤੋਂ ਚੰਡੀਗੜ੍ਹ ਪੜ੍ਹਦੇ ਰਹੇ ਹਾਂ, ਮੈਂ ਅੱਜ ਤੱਕ ਕਦੇ ਬੀਅਰ ਪੀ ਕੇ ਨਹੀਂ ਦੇਖੀ, ਦਾਰੂ ਪੀ ਕੇ ਨਹੀਂ ਦੇਖੀ, ਮੇਰੇ ਰੂਮ ਦੇ ਵਿੱਚ ਰਹਿਣ ਵਾਲੇ ਮੁੰਡੇ ਸਾਰਾ ਕੁਝ ਕਰਦੇ ਸੀ। ਕੀ ਸਾਨੂੰ ਕਿਸੇ ਨੇ ਵਿਗਾੜਤਾ? ਸਾਡੇ ਤੇ ਕੁਝ ਨਹੀਂ ਹੁੰਦਾ, ਅਸੀਂ ਸਾਡੇ ਤੇ ਡਿਪੈਂਡ ਨਹੀਂ ਕਰਦਾ ਕਿ ਅਸੀਂ ਕਿੱਦਾਂ ਦੀਆਂ ਚੀਜ਼ਾਂ ਅਡਾਪਟ ਕਰਨੀਆਂ। ਸੋਸਾਇਟੀ 'ਚ ਜਾਂਦੇ ਹਾਂ ਅਸੀਂ, ਸੋਸਾਇਟੀ ਕਿ ਸਾਡਾ ਸਮਾਜਿਕ ਤਾਣਾ ਬਾਣਾ ਖਰਾਬ ਹੋ ਗਿਆ। ਬਿਲਕੁਲ, ਸਮਾਜਿਕ ਤਾਣਾ ਬਾਣਾ ਖਰਾਬ ਹੋਇਆ। ਸਮਾਜਿਕ ਤਾਣੇ ਬਾਣੇ ਦਾ ਕਾਰਨ ਪੋਲੀਟੀਸ਼ੀਅਨਸ ਹੈ, ਤੇ ਪਿਛਲੇ 10 ਸਾਲਾਂ ਜੋ ਇਹਨਾਂ ਨੇ ਹਕੂਮਤ ਕੀਤੀ ਉਹਦੇ 'ਚ ਨਸ਼ਾ ਪੰਜਾਬ ਨੂੰ ਦਿੱਤਾ, ਬੇਰੁਜ਼ਗਾਰੀ ਦਿੱਤੀ, ਗੈਂਗਸਟਰ ਕਲਚਰ ਦਿੱਤਾ। ਜਿਸ ਤਰ੍ਹਾਂ ਮਾਲੀ ਸਾਹਿਬ ਨੇ ਗੱਲਾਂ ਕੀਤੀਆਂ ਕਿ ਕਿਵੇਂ ਇਹ ਨਸ਼ਾ ਉਹਨਾਂ ਨੇ ਦਿੱਤਾ, ਵੈਸੇ ਤੁਸੀਂ ਕੋਈ ਨਸ਼ਾ ਨਹੀਂ ਕੀਤਾ, ਤੁਹਾਨੂੰ ਕਿਸੇ ਨੇ ਲਾਇਆ ਨਹੀਂਗਾ, ਦੋ ਆਪਦੇ ਆਪ ਵਿੱਚ ਵੱਖੋ ਵੱਖਰੇ ਆਰਗੂਮੈਂਟ ਆ। ਚੱਲ ਸਾਹਿਬ ਤੁਸੀਂ ਆਪ ਹੀ ਕਹਿ ਗਏ ਉਦੋਂ ਸਿਆਸਤ ਨਸ਼ਾ ਬਣਦੀ, ਕਿਉਂਕਿ ਵਿਰੋਧੀ ਧਿਰ ਵਿੱਚ ਸੀਗੇ। ਇਸ ਗੱਲ 'ਤੇ ਵੀ ਤੁਹਾਨੂੰ ਡੀਪਲੀ ਇਸ ਗੱਲ 'ਤੇ ਤੁਸੀਂ, ਚਲੋ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਸਿਆਸੀ ਇਲਜ਼ਾਮ ਤਰਾਸ਼ੀਆਂ ਹੁੰਦੀਆਂ ਰਹਿਣਗੀਆਂ, ਪਰ ਇਹਨਾਂ ਇਲਜ਼ਾਮ ਤਰਾਸ਼ੀਆਂ ਦੇ ਵਿਚਾਲੇ ਤੁਹਾਡੇ ਮਸਲੇ ਜਾਂ ਸਾਡੇ ਮਸਲੇ ਕਿਵੇਂ ਨਿਬੜਨਗੇ। ਜਿਹੜੀ ਗੱਲ ਚਹਿਲ ਸਾਹਿਬ ਨੇ ਕਹੀ ਹੈ ਮੈਂ ਉਸ ਦਾ ਵੈਲਕਮ ਕਰਦਾ ਕਿ ਕਹਿੰਦੇ ਆ ਕਿ ਇਹਨਾਂ ਨੇ ਦਾਅਵਾ ਕੀਤਾ ਟੀਵੀ ਸਟੂਡੀਓ ਦੇ ਵਿੱਚ ਆ ਕੇ ਕਿ ਉਹਨਾਂ ਨੇ ਬੀਅਰ ਸ਼ਰਾਬ ਦਾ ਕਦੇ ਟੇਸਟ ਤੱਕ ਨਹੀਂ ਕੀਤਾ ਗਾ। ਇਹ ਗੱਲਾਂ ਵੈਸੇ ਦੱਸਣੀਆਂ ਜ਼ਰੂਰੀ ਹੋ ਜਾਂਦੀਆਂ ਜਦੋਂ ਸਮਾਜਿਕ ਤਾਣਾ ਬਾਣਾ ਵਿਗੜਦਾ ਹੋਵੇ। ਨਸ਼ੇ ਤੋਂ ਪਾਸੇ ਰਹਿਣਾ ਚਾਹੀਦਾ, ਮੈਂ ਵੀ ਨਸ਼ੇ ਤੋਂ ਪਾਸੇ ਹੈਗਾ, ਅਤੇ ਮੈਨੂੰ ਲੱਗਦਾ ਜਿਹੜੇ ਇਸ ਪੈਨਲ ਦੇ ਵਿੱਚ ਬੈਠੇ ਹੈਗੇ ਆ ਬਹੁਤੇ ਜਿਹੜੇ ਉਹ ਨਸ਼ੇ ਦੇ ਖਿਲਾਫ ਹੋਣਗੇ। ਪਰ ਸਵਾਲ ਇਕੱਲੀ ਮੁਖਾਲਫਤ ਕਰਕੇ ਹੱਲ ਨਹੀਂ ਹੋਣਾ ਗਾ। ਜਿਹੜਾ ਕਾਨੂੰਨ ਸਾਡੇ ਕੋਲ ਹੈਗੇ ਆ ਉਹਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ ਹੈਗਾ। ਜਿਹੜੀ ਜਥੇਬੰਦੀਆਂ ਜ਼ਮੀਨੀ ਪੱਧਰ 'ਤੇ ਕੰਮ ਕਰਦੀਆਂ ਪਈਆਂ ਹੈਗੀਆਂ ਉਹਨਾਂ ਨੂੰ ਹੋਰ ਮਜ਼ਬੂਤੀ ਨਾਲ ਕੰਮ ਕਰਨਾ ਪਵੇਗਾ। ਜਿਹੜੀਆਂ ਧਾਰਮਿਕ ਜਥੇਬੰਦੀਆਂ ਹੈਗੀਆਂ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ। ਪਰ ਸਭ
ਇਹਦੇ ਵਿੱਚ ਦੋ ਸਾਨੂੰ ਕਰਨਾ ਪਏਗਾ। ਉਹ ਇਹ ਹੈ ਕਿ ਅਸੀਂ ਤਾਕਤ ਲੋਕਾਂ ਦੇ ਹੱਥ 'ਚ ਦੇਈਏ, ਜੋ ਤੁਸੀਂ ਗੱਲ ਐਂਡ ਦੇ ਉੱਤੇ ਕਹੀ ਸੀ ਮੈਂ ਉਸ 'ਤੇ ਆਉਣਾ। ਪੰਜਾਬ ਦੇ 13,000 ਕਰੀਬ ਪਿੰਡ ਨੇ, ਪੰਚਾਇਤਾਂ ਨੇ ਉਹਨਾਂ 'ਚ, ਅਤੇ ਗ੍ਰਾਮ ਸਭਾ ਰੈਗੂਲਰ ਉੱਥੇ ਬੁਲਾਈ ਜਾਵੇ। ਪਿੰਡ ਦੇ ਲੋਕ ਅੱਗੇ ਦਹੇਜ ਦੇਣ ਦੇ ਉੱਤੇ ਜਿਹੜੇ ਜਿਹੜੇ ਸਵਾਲ ਇਹਨਾਂ ਨੇ ਵੱਡੇ ਰੇਜ਼ ਕਰੇ ਨੇ ਆਪਦੇ ਵੱਲੋਂ, ਉਹ ਸੱਚੇ ਨੇ ਝੂਠੇ ਨੇ ਉਸ 'ਚ ਨਹੀਂ ਮੈਂ ਜਾਵਾਂਗਾ, ਪਰ ਉਹਨਾਂ ਦਾ ਮਸਲੇ ਦਾ ਹੱਲ ਹੈਗਾ। ਕਿਉਂਕਿ ਲੋਕਲ ਤਾਂ ਜੇ ਆਪਾਂ ਖਰਚਾ ਵੀ ਦੇਖੀਏ ਉਹਦੀ ਆਮਦਨ ਦੇ ਹਿਸਾਬ ਨਾਲ ਹੀ ਹੈ ਨਾ, ਜਿਹੜੇ ਕੋਲ ਥੋੜ੍ਹੀ ਆਮਦਨ ਹੈ ਉਹਦਾ ਥੋੜ੍ਹਾ ਜਿਹਾ ਵੱਧ ਖਰਚਾ ਵੀ ਉਹਨੂੰ ਲੱਕ ਤੋੜ ਦਿੰਦਾ, ਜੇ ਕੋਈ ਜ਼ਿਆਦਾ ਉਹਦਾ ਕਈ ਵਾਰ ਵੱਧ ਕਰਿਆ ਵੀ ਚੱਲ ਜਾਂਦਾ। ਸਵਾਲ ਇਹ ਹੈ ਕਿ ਜਦ ਤੱਕ ਲੋਕ ਆਪਣੇ ਫੈਸਲੇ ਨਹੀਂ ਕਰਨ ਲੱਗਣਗੇ ਆਪ, ਜਿਹੜੀ ਕਿ ਸੰਵਿਧਾਨਕ ਸੰਸਥਾ ਹੈ ਗ੍ਰਾਮ ਸਭਾ, ਗ੍ਰਾਮ ਸਭਾ 'ਚ ਇਕੱਠ ਕਰਕੇ ਉੱਥੇ ਪਿੰਡ ਦੇ ਲੋਕ ਫੈਸਲੇ ਕਰਨ, ਉੱਥੇ ਕਰਨ ਵੀ ਅਸੀਂ ਬਰਾਤ 'ਚ ਐਡੀ ਨਹੀਂ ਮਿਲਾਉਣੀ, ਜਿਹੜਾ ਇਹ ਕਹਿੰਦੇ ਨੇ ਵੀ ਆਹ ਨਹੀਂ ਕਰਨਾ ਆਹ ਨਹੀਂ ਕਰਨਾ, ਉਹ ਕਰ ਸਕਦੇ ਨੇ, ਇੱਕੋ ਔਖਾ ਕੰਮ ਨਹੀਂ, ਈਵਨ ਪਰਾਲੀ ਦੀ ਹੋਰ ਜੀ ਬਹੁਤ ਸਾਰੇ ਸਵਾਲ ਨੇ, ਪਰ ਇਹ ਗ੍ਰਾਮ ਸਭਾ ਨੂੰ ਤਾਕਤ ਦੇਣਾ ਨਹੀਂ ਚਾਹੁੰਦੇ, ਇੱਕ ਵੀ ਸਿਆਸਤਦਾਨ ਨਹੀਂ ਦੇਣਾ ਚਾਹੁੰਦਾ। ਅਸੀਂ ਪੰਚਾਇਤ ਮੰਤਰੀ ਨੂੰ ਮਿਲੇ, ਪੰਚਾਇਤ ਮੰਤਰੀ ਨੇ ਹੁੰਦੀ ਸਰਕਾਰ ਨੇ ਡੈਪੂਟੇਸ਼ਨ 'ਚ ਮਿਲੇ ਹਾਂ, ਉਹਨੇ ਕਿਹਾ ਸਾਨੂੰ ਤਾਂ ਕਹਿੰਦਾ ਪਟਵਾਰੀ ਅਤੇ ਪੰਚਾਇਤ ਸਕੱਤਰ ਰਾਹ ਹੀ ਨਹੀਂ ਦਿੰਦੇ। ਮੈਂ ਯੂਨੀਵਰਸਿਟੀ ਦਾ ਰਜਿਸਟਰਾਰ ਰਿਹਾ, ਜੇ ਉੱਥੇ ਪੇਪਰ ਲੀਕ ਹੁੰਦਾ ਸੀ ਜੇ ਮੈਂ ਕਿਹਾ ਮੈਂ ਕੀ ਕਰਾਂ ਜੀ, ਉਹ ਫਲਾਣਾ ਡਿਪਟੀ ਰਜਿਸਟਰ ਕਰਦਾ, ਫਿਰ ਮੈਂ ਰਜਿਸਟਰ ਕਰਦੇ ਵਾਸਤੇ ਲੱਗਿਆ, ਮੈਂ ਛੱਡਦਾ। ਜਿਹੜੀ ਸਮਾਜਿਕ ਸਾਂਝ ਹੈਗੀ ਹੈ, ਸਮਾਜਿਕ ਭਾਈਚਾਰਕ ਸਾਂਝ ਹੈਗੀ, ਉਹ ਭਾਈਚਾਰਕ ਵਾਪਸ ਆ ਸਕਦੀ ਹੈ? ਮਾਲੀ ਸਾਹਿਬ ਹਾਂ ਆ ਸਕਦੀ ਹੈ, ਮਾਲੀ ਸਾਹਿਬ ਨੇ ਸਪਸ਼ਟ ਦੱਸਤਾ, ਮੈਂ ਚੋਣਾਂ ਦੇ ਵਿੱਚ ਅਸੀਂ ਦੇਖਿਆ ਤੁਸੀਂ ਜੇ ਛੇ ਤਾਂ ਇੱਕ ਪਾਰਟੀ ਦੇ, ਤੁਸੀਂ ਛੱਡੋ ਪਾਰਟੀਆਂ ਦੇ ਆਪਸੀ ਤਾਂ ਧੜੇ ਹੈਗੇ ਨੇ ਪਿੰਡਾਂ 'ਚ, ਇੱਕ ਪਾਰਟੀ ਦੇ ਕਹਾਂ ਇੱਕ ਲੀਡਰ ਦੇ ਆਪਦੇ ਆਪਦੇ ਉੱਥੇ ਬੈਠੇ ਨੇ, ਉਹਨਾਂ ਨੂੰ ਲੜਾ ਕੇ ਰੱਖਦੇ ਨੇ, ਕਿਉਂਕਿ ਜੇ ਲੋਕ ਲੜ ਕੇ ਰਹਿਣਗੇ ਤਾਂ ਇਹਨਾਂ ਦਾ ਜਿਹੜਾ ਹੈ ਸਾਰੀ ਸਿਆਸਤ ਚੱਲਦੀ ਹੈ, ਜੇ ਲੋਕ ਲੜਦੇ ਨਹੀਂ। ਮਾਲੀ ਸਾਹਿਬ ਬੜੀ ਤਕਲੀਫ ਹੁੰਦੀ ਹੈ ਮੈਨੂੰ ਸਵਾਲ ਕਰਨ ਲੱਗਿਆ ਕਿ ਪੰਜਾਬੀ ਦਾ ਵੈਰੀ ਹੋ ਰਿਹਾ ਨਹੀਂ, ਜਦੋਂ ਤੁਸੀਂ ਸਮਾਜਿਕ ਸਰੋਕਾਰਾਂ ਨਾਲੋਂ ਟੁੱਟ ਜਾਓਗੇ, ਸਵੈ ਕੇਂਦਰਤ ਹੋ ਜਾਓਗੇ, ਉਹਦੇ ਵਿੱਚ ਤੁਸੀਂ ਦੁਸ਼ਮਣੀ ਅਤੇ ਦੋਸਤੀ ਦੇਖੋਗੇ ਤਾਂ ਇਹ ਸਾਰਾ ਕੁਛ ਹੋਣਾ। ਮੈਂ ਕਹਿੰਦਾ ਵਿਅਕਤੀਗਤ ਸਮੱਸਿਆਵਾਂ ਨਹੀਂ, ਪਹਿਲਾਂ ਸਾਨੂੰ ਇਹ ਮੰਨਣਾ ਚਾਹੀਦਾ ਵੀ ਸਮਾਜਿਕ ਸਮੱਸਿਆਵਾਂ ਨੇ, ਸਮਾਜ ਦੀਆਂ ਸਮੱਸਿਆਵਾਂ ਨੇ। ਜੇ ਸਾਰਾ ਪਿੰਡ ਲੈ ਲੈ ਵੇ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ, ਜੇ ਸਾਰਾ ਪਿੰਡ ਉੱਥੇ ਨੱਚਦਾ, ਇਹ ਮੈਸੇਜ ਕੀ ਜਾ ਰਿਹਾ ਜੀ ਸਾਰੇ ਕਿਸੇ ਨੂੰ? ਮਤਲਬ ਕਿ ਹਕੀਕਤ ਆ ਨਾ ਜੀ, ਹੁਣ ਆਪਾਂ ਕਹਾਂਗੇ ਲੋਕ ਦੋਸ਼ੀ ਨੇ ਜੀ। ਸੋ ਮੇਰੇ ਕਹਿਣ ਦਾ ਸਵਾਲ ਹੈ, ਨਹੀਂ ਤੁਹਾਨੂੰ ਲੱਗਦਾ ਕਿ ਗੀਤਾਂ ਦਾ ਬਹੁਤ ਵੱਡਾ ਅਸਰ ਹੈ, ਗਾਣੇ ਦਾ ਬਹੁਤ ਵੱਡਾ ਅਸਰ ਤੁਹਾਡੀ ਮਾਨਸਿਕਤਾ, ਉਹਨਾਂ ਨੂੰ ਸੈਂਸਰ ਕੀਤਾ ਜਾ ਸਕਦਾ? ਨਹੀਂ ਨਹੀਂ, ਬਿਲਕੁਲ ਕੀਤਾ ਜਾ ਸਕਦਾ ਜੀ। ਕੌਣ ਕਰੂਗਾ? ਸਰਕਾਰ ਨੇ ਕਰਨਾ ਜੀ। ਹਾਂ, ਸਰਕਾਰ ਕਿਉਂ ਨਹੀਂ ਕਰ ਸਕਦੀ? ਜੇ ਤੁਸੀਂ ਮਤਲਬ ਜੇ ਤੁਸੀਂ ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ਬਾਰੇ ਇੱਕ ਰੀਜਨੇਬਲ ਰੋਕਾਂ ਲਾਉਂਦੇ ਹੋ, ਇਹ ਥੋੜੋ ਵੀ ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਜੋ ਮਰਜ਼ੀ ਕਰੋ। ਜੇ ਮੈਂ ਬੋਲਦਾ ਮੇਰੇ ਤਾਂ ਇੰਨੇ ਸੇ ਲੱਗ ਜਾਂਦਾ ਜੀ, ਜੇ ਮੈਨੂੰ ਬੋਲਣ ਦੀ ਆਜ਼ਾਦੀ ਆ ਤਾਂ ਤੁਸੀਂ 2020 ਰੌਣਾਂ 'ਤੇ ਪਾਬੰਦੀ ਲਾ ਦਿਓ। ਜਿਹੜੇ ਹਥਿਆਰ ਲਈ ਜਾਂਦੇ ਨੇ ਇਹਨਾਂ ਨੂੰ ਤਾਂ ਕੁਛ ਕਿਹਾ ਨਹੀਂ, ਅਸੀਂ ਉੱਥੇ ਕਸ਼ਮੀਰ ਜਾਂਦੇ, ਸਾਨੂੰ ਉੱਥੇ ਮਾਧਵਪੁਰ ਹੈੱਡਵਰਕਸ ਦੇ ਪੰਜਾਬ ਦੀ ਪੁਲਿਸ ਨੇ ਰੋਕ ਲਿਆ। ਮੇਰੇ ਕਹਿਣ ਦਾ ਪਹਿਲੀ ਗੱਲ ਇਹ ਸਮਾਜਿਕ ਸਮੱਸਿਆ, ਦੂਜੀ ਗੱਲ ਇਹ ਮਾਨਸਿਕਤਾ ਨੂੰ ਢਾਲਣ ਦੀ ਸਮੱਸਿਆ, ਜਿਹਦੇ ਵਿੱਚ ਵਿੱਦਿਆ ਦਾ ਵੀ ਬਹੁਤ ਵੱਡਾ ਰੋਲ ਆ, ਐਜੂਕੇਸ਼ਨ ਦਾ ਵੀ ਬਹੁਤ ਵੱਡਾ ਰੋਲ ਆ, ਕਲਚਰ ਦਾ ਵੀ ਬਹੁਤ ਵੱਡਾ ਰੋਲ ਆ। ਤੀਜੀ ਗੱਲ ਜੋ ਇਹਨੂੰ ਪ੍ਰਮੋਟ, ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ, ਪੰਚਾਇਤਾਂ ਥੱਕ ਗਈਆਂ ਮਤੇ ਪਾਪਾ ਵੀ ਸਾਡੇ ਪਿੰਡ ਸ਼ਰਾਬ ਦਾ ਠੇਕਾ ਨਹੀਂ ਖੋਲ੍ਹਣਾ ਚਾਹੀਦਾ, ਲੈ ਉਹਨਾਂ ਦੀ ਮਤੇ ਨਹੀਂ ਮੰਨਦੀਆਂ ਸਰਕਾਰਾਂ, ਸਾਰੀਆਂ ਪੰਚਾਇਤਾਂ ਸੰਗਰੂਰ ਜ਼ਿਲ੍ਹੇ 'ਚ ਕਿੰਨੀਆਂ ਪੰਚਾਇਤਾਂ, ਇਹ ਜਿਹੜੇ ਕਹਿੰਦੇ ਅਸੀਂ ਨਸ਼ਾ ਰੁਕ, ਫਿਰ ਇਹ ਕਹਿੰਦੇ ਨੇ ਸ਼ਰਾਬ ਦੇ ਬਿਨਾਂ ਸਾਡਾ ਖਜ਼ਾਨਾ ਨਹੀਂ ਚੱਲਦਾ ਜੀ, ਜੇ ਅਸੀਂ ਸ਼ਰਾਬ ਦੇ ਠੇਕੇ ਘਟਾਤੇ, ਜੇ ਇਹ ਕਰਤੇ ਸਾਡੀ ਆਰਥਿਕਤਾ ਨਹੀਂ ਚੱਲਦੀ ਜੀ। ਸੋ ਇਹ ਕੁੱਲ ਮਿਲਾ ਕੇ ਜੇ ਲੋਕਾਂ ਨੂੰ ਇਸ ਪਾਸੇ ਵੀ ਲਾਉਣਾ, ਮੈਂ ਕਹਿੰਦਾ ਕਿਸਾਨ, ਮੈਂ ਤਾਂ ਫੇਸਬੁੱਕ 'ਤੇ ਵੀ ਲਿਖਿਆ ਵੀ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਫੈਸਲੇ ਕਰਦੀਆਂ, ਸਾਡੇ ਜਿਹੜੇ ਮੈਂਬਰ ਹੋਣਗੇ ਉਹ ਸਾਦੇ ਵਿਆਹ ਕਰਨਗੇ, ਫਜ਼ੂਲ ਖਰਚੀ ਨਹੀਂ ਕਰਨਗੇ। ਮੈਂ ਕਹਿੰਦਾ ਬੇਟੀ ਦਾ ਜ਼ਮੀਨ 'ਚ ਹੱਕ ਆ, ਬੇਟੀ ਤੁਸੀਂ 5 ਲੱਖ ਦੇ ਦਿਓ, 10 ਲੱਖ ਦੇ ਦਿਓ, 20 ਲੱਖ ਦੇ ਦਿਓ ਸਮਰੱਥਾ ਅਨੁਸਾਰ, ਫਜ਼ੂਲ ਖਰਚੀ ਰੋਕੋ। ਅਤੇ ਪਿੰਡਾਂ ਨੇ ਕਿੰਨਿਆਂ ਨੇ ਮਤੇ ਪਾਏ ਨੇ, ਆ ਇੱਥੇ ਆ ਮਕਾਨਾਂ ਨਹੀਂ ਆਉਣਗੀਆਂ ਜੀ, ਇੱਥੇ ਮਰਨ ਵੇਲੇ ਆਹ ਕੁਛ ਨਹੀਂ ਹੋਊਗਾ ਜੀ, ਪਿੰਡਾਂ ਦੇ ਮਤੇ ਮੰਨੇ ਵੀ ਜਾਂਦੇ ਨੇ, ਪਰ ਉਹਨੂੰ ਕੋਈ ਗਾਹਾਂ ਤੋੜਨ ਵਾਲਾ ਸਿਆਸੀ ਪਾਰਟੀਆਂ, ਦੂਜੀਆਂ ਸਮਾਜਿਕ ਸੰਗਠਨ, ਦੂਜੇ ਉਹਨਾਂ ਨੂੰ ਵੀ ਅੱਗੇ ਹੁਣ ਆਉਣਾ ਪਊ ਨਾ ਜੀ, ਸਰਕਾਰ 'ਤੇ ਦਬਾਅ ਵੀ ਪਾਉਣਾ ਪਊ ਨਾ ਜੀ। ਕਲੀਅਰ ਸਾਹਿਬ, ਲਾਸਟ ਪੁਆਇੰਟ ਤੁਹਾਡੇ ਚਾਹੀਦੇ ਆ, ਕੋਈ ਦਬਾਅ ਤਾਂ ਪਾਉਣਾ ਪਊਗਾ, ਹੁਣ ਜਿਹੜੀਆਂ ਚੀਜ਼ਾਂ ਤੁਸੀਂ ਗਲਤੀਆਂ ਕਰ ਚੁੱਕੇ ਹੋ, ਉਹਨਾਂ ਗਲਤੀਆਂ ਨੂੰ ਸੁਧਾਰਨ ਲਈ ਤੁਸੀਂ ਮੌਜੂਦਾ ਸਰਕਾਰ ਨੂੰ ਤਾਂ ਕਹਿ ਦਿਓ? KP ਜੀ, ਗਲਤੀ ਕੋਈ ਨਹੀਂ, ਹਰ ਸਰਕਾਰ, ਅਕਾਲੀ ਦਲ ਦੀ BJP ਦੀ ਸਰਕਾਰ ਨੇ ਆਪਣੇ ਵੱਲੋਂ ਚਾਹੇ ਇੰਪਲੋਇਮੈਂਟ ਹੋਵੇ ਚਾਹੇ ਡਿਵੈਲਪਮੈਂਟ ਹੋਵੇ ਹਰ ਚੀਜ਼ ਕੀਤੀ। ਫਿਰ ਮੈਂ ਕਹਿੰਦਾ ਕਿ 10 ਸਾਲ ਦਾ ਲੰਬਾ ਰਾਜ, ਤਰੁੱਟੀਆਂ ਰਹਿ ਗਈਆਂ ਹੋਣੀਆਂ, ਪਰ ਜੋ ਹੁਣ ਦੀ ਮੌਜੂਦਾ ਸਰਕਾਰ ਹੈ, ਅਗਰ ਇਹ ਸਾਰਾ ਟਾਈਮ 3 ਸਾਲ ਇਹਨਾਂ ਨੇ ਕੱਢਤਾ, ਅਗਰ ਇਹ ਪਿਛਲੀ ਸਰਕਾਰ ਨੂੰ ਭੰਡੀ ਜਾਣਗੇ, ਇਹਨਾਂ ਨੇ ਆਪ ਕੀ ਕੀਤਾ? ਸੋ ਜੋ ਅੱਜ ਦੀ ਸਮੱਸਿਆ, ਜੋ ਹਥਿਆਰਾਂ ਦੀ ਵੀ ਸਮੱਸਿਆ, ਮੈਂ ਫਿਰ ਦੁਬਾਰਾ ਇਸ ਗੱਲ 'ਤੇ ਕਹਿੰਦਾ ਕਿ ਜਿੰਨਾ ਚਿਰ ਤੁਸੀਂ ਯੂਥ ਨੂੰ ਇੰਪਲੋਇਮੈਂਟ ਨਹੀਂ ਦਿਓਗੇ, ਆਪਣੀ ਜਵਾਨੀ ਨੂੰ ਇੱਕ ਸਿੱਧੇ ਰਸਤੇ ਨਹੀਂ ਲਾਉਂਗੇ, ਇਹ ਚੀਜ਼ਾਂ ਨਹੀਂ ਰੁਕਣੀਆਂ। ਠੀਕ ਹੈ, ਸਮਾਜਿਕ ਤਾਣਾ ਬਾਣਾ, ਗੀਤਾਂ ਦਾ ਵੀ ਅਸਰ ਸਾਡੀ ਪੰਜਾਬੀ 'ਤੇ ਹੈਗਾ, ਪਰ ਸਭ ਤੋਂ ਵੱਡੀ ਲੋੜ ਨੌਕਰੀ ਦੀ, ਨਸ਼ੇ ਦਾ ਵੀ ਅਸਰ ਹੈ। ਸੋ ਇਸ ਚੀਜ਼ ਤੋਂ ਅਗਰ ਤੁਸੀਂ ਆਪਣੀ ਜਵਾਨੀ ਨੂੰ ਪਹਿਲਾਂ ਸਾਂਭੋਗੇ, ਜਵਾਨੀ ਨੂੰ ਕਿਸੇ ਕੰਮ ਲਾਓਗੇ,
ਮੈਨੂੰ ਇਹ ਗੱਲ ਦੱਸ ਦੇ ਜੀ ਜਦੋਂ ਹੁਣ ਪੰਜਾਬ ਸਰਕਾਰ ਦੇ ਨੁਮਾਇੰਦੇ ਬੈਠੇ ਨੇ ਕਿ ਇਹਨਾਂ ਨੇ 3 ਸਾਲ ਦੇ ਵਿੱਚ ਕਿਹੜੀ ਇੱਕ ਸਰਕਾਰੀ ਨੌਕਰੀ ਦਿੱਤੀ? ਇਹ ਸਵਾਲ ਕਲੇਰ ਸਾਹਿਬ ਵੈਸੇ ਆਦੀ ਭਾਈਵਾਲ ਸਰਕਾਰ ਨੂੰ ਵੀ ਕਰਿਓ ਜਿਨ੍ਹਾਂ ਨੇ ਕਰੋੜਾਂ ਨੌਕਰੀਆਂ ਦੀ ਨੌਕਰੀ ਤੁਸੀਂ ਮੈਨੂੰ ਚਾਹੇ ਪੁਲਿਸ ਮਹਿਕਮਾ ਲਾ ਲਓ, ਚਾਹੇ ਮਾਲ ਮਹਿਕਮਾ ਲਾ ਲਓ, ਚਾਹੇ ਮੈਡੀਕਲ ਮਹਿਕਮਾ ਲਾ ਲਓ, ਤੁਸੀਂ ਮੇਰੇ ਨਾਲ ਕੇਪੀਜੀ ਕਿਸੇ ਵੀ ਮਹਿਕਮੇ ਤੇ ਡਿਬੇਟ ਰੱਖ ਲਓ, ਕੀ ਨੌਕਰੀ ਨਹੀਂ ਦਿੱਤੀ ਦੱਸ ਸਕਦੇ? ਕਲੇਰ ਸਾਹਿਬ ਕੇਂਦਰ ਚਾਹੇ ਭਾਈਵਾਲ ਦੀ ਗੱਲ ਕਰਦੇ ਪਏ ਹੋ ਜਿੱਥੇ ਨੌਕਰੀਆਂ ਕਹੀਆਂ ਸੀਗੀਆਂ, ਬੇਰੁਜ਼ਗਾਰੀ ਦਰ ਸਭ ਤੋਂ ਜ਼ਿਆਦਾ ਇਸ ਵਕਤ ਉਹਨਾਂ ਦੀ ਸਰਕਾਰ ਵੇਲੇ, ਉਹਨਾਂ ਨੂੰ ਵੀ ਸਵਾਲ ਕਰਿਆ ਕਰੋ, ਉਹਨਾਂ ਨੂੰ ਸਵਾਲ ਕਰਿਆ ਕਰੋ, ਜ਼ਰੂਰ ਕਰਨਾ ਚਾਹੀਦਾ ਸਵਾਲ। ਉਹਦਾ ਅਸਰ ਵੀ ਪੰਜਾਬੀਆਂ ਤੇ ਪੈ ਰਿਹਾ, ਪਹਿਲਾ ਡੋਮੇਨ ਪੰਜਾਬ ਸਰਕਾਰ ਦਾ, ਆਪਣੀ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਜਵਾਨੀ ਲਈ ਕੀ ਕੀਤਾ? ਰਾਣਾ ਬਜੀ ਚੱਲ ਨਹੀਂ ਪੰਡੂਗੀ ਦੂਜਿਆਂ ਨੂੰ, ਬਜੀ ਚੱਲ ਨਹੀਂ, ਮੇਰੀ ਇੱਕ ਗੱਲ ਜਵਾਨੀ ਨੂੰ ਸਾਹਮਣੇ ਪਾ ਰਹੀ, ਮੇਰੀ ਇੱਕ ਗੱਲ ਸੁਣੋ, ਇਹਨਾਂ ਨੇ ਕਦੇ ਸੋਚਿਆ ਦੱਸ ਸਾਡੇ ਘਰ ਦੇ ਵਿੱਚ ਜੇ ਇੱਕ ਬੰਦਾ ਸ਼ਰਾਬ ਪੀਣ ਲੱਗ ਜਾਂਦਾ ਉਹਨੂੰ ਸ਼ਰਾਬ ਛਡਾਉਣ ਲੱਗੇ ਟਾਈਮ ਲੱਗਦਾ ਘਰ ਦੇ ਘਰ ਉੱਜੜ ਜਾਂਦਾ? ਤੁਸੀਂ 10 ਸਾਲਾਂ ਦੇ ਵਿੱਚ ਪੰਜਾਬ ਨੂੰ ਨਰਕ ਪਾਤਾ, ਪੰਜਾਬ ਦੀ ਨੌਜਵਾਨੀ ਤੁਸੀਂ ਖਤਮ ਕਰ ਦਿੱਤੀ, ਨਸ਼ਾ ਪੰਜਾਬ ਦੇ ਵਿੱਚ ਤੁਸੀਂ ਲਿਆਂਦਾ, ਅੱਜ ਤੱਕ ਕੇਪੀ ਸਾਹਿਬ ਤੁਸੀਂ ਚਿੱਟਾ ਸੁਣਿਆ ਨਹੀਂ ਰੌਲਾ ਪਾ ਕੇ ਦੀ? ਕਲੇਰ ਸਾਹਿਬ ਤੁਹਾਡਾ ਆਰਗੂਮੈਂਟ ਆ ਛੋੜੋ, 10 ਸਾਲ ਦੇ ਵਿੱਚ ਇਹਨਾਂ ਨੇ ਜੋ ਪੰਜਾਬ ਨੂੰ ਦਿੱਤਾ, ਹਾਊ ਹੀ ਇਜ਼ ਕੰਪੇਅਰਿੰਗ ਦੇ 10 ਇਅਰਸ ਵਿਦ ਆਵਰ 10 ਸਾਲ ਤੁਸੀਂ ਸਾਡੇ ਨਾਲ ਮੇਰੇ ਕੋਲ ਇੱਕ ਵਕਤ ਨਹੀਂ ਹੈ, ਪੰਜਾਬ ਦੇ ਗੈਂਗਸਟਰ ਕਲਚਰ ਇਹਨਾਂ ਨੇ ਵਕਤ ਨਹੀਂ ਵਕਤ ਨਹੀਂ ਪੰਜਾਬ ਦੇ ਵਿੱਚ ਵਕਤ ਨਹੀਂ ਕਲੇਰ ਸਾਹਿਬ ਮੇਰੇ ਕੋਲ ਵਕਤ ਨਹੀਂ ਹੈ ਮਾਫ ਕਰਨਾ। ਬਹੁਤ ਧੰਨਵਾਦ ਚਹਿਲ ਸਾਹਿਬ ਤੁਹਾਡਾ, ਕਲੇਰ ਸਾਹਿਬ ਤੁਹਾਡਾ, ਗਰਗ ਸਾਹਿਬ ਅਤੇ ਮਾਲੀ ਸਾਹਿਬ ਨੇ ਜੋ ਲਾਸਟ ਵਿੱਚ ਮਸਲੇ ਦੇ ਹੱਲ ਦੱਸੇ ਹੈਗੇ ਉਹਨਾਂ ਨੂੰ ਜ਼ਰੂਰ ਧਿਆਨ ਨਾਲ ਸੁਣਿਓ, ਇਹ ਇਲਜ਼ਾਮ ਤਰਾਸ਼ੀਆਂ ਚੱਲਦੀਆਂ ਰਹਿਣਗੀਆਂ। ਮਾਲੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਗਰਗ ਸਾਹਿਬ ਤੁਹਾਡਾ ਵੀ ਬਹੁਤ ਧੰਨਵਾਦ। ਕਿਹੜੇ ਫਾਇਰ 'ਚ ਪਏ ਪੰਜਾਬੀ? ਅਸੀਂ ਸਵਾਲ ਇਹ ਕੀਤਾ ਸੀਗਾ, ਫਾਇਰ ਬਹੁਤ ਹੈਗਾ ਪੰਜਾਬੀਆਂ ਦੇ ਵਿੱਚ, ਪਰ ਇਹ ਫਾਇਰ ਨੂੰ ਪੋਜ਼ਿਟਿਵ ਤਰੀਕੇ ਨਾਲ, ਆਸ਼ਾਵਾਦੀ ਨਜ਼ਰੀਏ ਦੇ ਨਾਲ, ਸਹੀ ਢੰਗ ਦੇ ਨਾਲ ਵਰਤਣ ਦੀ ਲੋੜ ਹੈਗੀ ਹੈ। ਪੰਜਾਬੀਆਂ ਦੀ ਅਣਖ ਮਰੀ ਨਹੀਂ ਹੈਗੀ, ਪੰਜਾਬੀਆਂ ਦੀ ਅਣਖ ਜਿਉਂਦੀ ਹੈਗੀ ਹੈ, ਪਰ ਪੰਜਾਬੀਆਂ ਦੀ ਅਣਖ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ। ਇੱਥੇ ਪੰਜਾਬੀਆਂ ਨੂੰ ਵਿਹਲੇ ਕੀਤਾ ਜਾ ਰਿਹਾ ਹੈਗਾ ਅਤੇ ਪੰਜਾਬੀ ਫਿਰ ਇੱਥੋਂ ਪਲਾਇਨ ਕਰਦੇ ਪਏ ਹੈਗੇ ਆ। ਫਿਰ ਸਵਾਲ ਹੈ ਜਿਹੜਾ ਇਹ ਕੀਤਾ ਜਾਂਦਾ ਹੈਗਾ ਕਿ ਏਜੰਟ ਠੱਗਦੇ ਪਏ ਹੈਗੇ ਆ, ਇਕੱਲੇ ਏਜੰਟ ਨਹੀਂ ਠੱਗਦੇ ਪਏ ਹੈਗੇ, ਇੱਥੇ ਤੁਹਾਨੂੰ ਇੱਥੋਂ ਦਾ ਸਿਸਟਮ ਵੀ ਠੱਗਦਾ ਪਿਆ ਹੈਗਾ, ਉਸ ਨੂੰ ਵੀ ਧਿਆਨ ਨਾਲ ਵਾਚੋ, ਵੋਟ ਪਾਉਣ ਲੱਗੇ ਧਿਆਨ ਰੱਖਿਆ ਕਰੋ ਜ਼ਰੂਰ, ਕਿਹੜੇ ਤੁਹਾਡੇ ਫਾਇਰ ਦਾ ਸਹੀ ਇਸਤੇਮਾਲ ਕਰ ਰਿਹਾ ਅਤੇ ਕਿਹੜਾ ਸਿਆਸਤ ਚਮਕਾ ਰਿਹਾ। ਬਹੁਤ ਧੰਨਵਾਦ।